ਲੋਕੀ ਟਿਚਣਾ ਕਰਦੇ ਸੀਗੇ ਕਿ ਫੌਜੀ ਦਾ ਮੁੰਡਾ ਵੀ ਹੁਣ MLA ਬਣੂਗਾ। ਬਿਲਕੁਲ ਜੀ, ਉਹ ਮੇਰੇ ਫਾਦਰ ਸਾਹਿਬ ਨੂੰ ਵੀ ਇਹ ਗੱਲ ਬੋਲਦੇ ਸੀ ਜਾ ਕੇ ਅਤੇ ਕਿ ਯਾਰ ਇਹਨੂੰ ਕਿਹੜੇ ਪਾਸੇ ਲਾਇਆ। ਉਹ ਕਹਿੰਦੇ ਡੈਡੀ ਕਹਿੰਦੇ ਵੀ ਪੋਲਿਟਿਕਸ ਕਰਦਾ, ਕਹਿੰਦੇ ਉਹ ਤਾਂ ਪੋਲਿਟਿਕਸ ਤਾਂ ਹੋ ਰਿਹਾ, ਕੰਮ ਕੀ ਕਰਦਾ। ਸੋ 98 'ਚ ਫਾਦਰ 8 'ਚ ਰਿਟਾਇਰ ਹੋ ਗਿਆ, 99 'ਚ ਅਸੀਂ ਟੈਂਟ ਹਾਊਸ ਦਾ ਕੰਮ ਕੀਤਾ। ਮੈਂ ਫਾਦਰ ਸਾਹਿਬ ਨਾਲ ਉਹ ਕੰਮ ਕਰਦਾ ਰਿਹਾ, ਕੇਟਰਿੰਗ ਦਾ ਕੰਮ ਦਾ ਫਾਦਰ ਸਾਹਿਬ ਨਾਲ ਕਰਦਾ ਰਿਹਾ ਅਤੇ ਅੱਜ ਵੀ ਸਾਡੀ ਉਹ ਦੁਕਾਨ ਜਿਹੜੀ ਉਹ ਚੱਲਦੀ, ਮੇਰੇ ਚਾਚਾ ਜੀ ਤੋਂ ਬੇਟਾ ਬੈਠਦਾ ਹੈਗਾ, ਮੈਂ ਉਹਨੂੰ ਉੱਦਾਂ ਹੀ ਰੱਖਿਆ ਹੋਇਆ। ਮੈਂ ਜਾਂਦਾ ਉੱਥੇ ਅੱਜ ਵੀ ਉੱਦਾਂ ਹੀ ਜਾ ਕੇ ਮੱਥਾ ਟੇਕ ਕੇ ਉੱਦਾਂ ਹੀ ਕਰਦਾ ਹੈਗਾ, ਮੈਂ ਬਹਿੰਦਾ ਹਾਂ। ਸ਼ੌਂਕ ਕੀ ਹੈਗੇ, ਤੁਸੀਂ ਉਹ ਜ਼ਿਕਰ ਸ਼ੁਰੂ ਕਰਤਾ, ਕਿਤਾਬਾਂ ਦਾ ਸ਼ੌਂਕ ਆ ਹੋ? ਮੈਨੂੰ ਬਹੁਤ ਸ਼ੌਂਕ, ਮੈਂ ਕਈ ਵਾਰੀ ਜਿਹੜੀ ਮੈਂ ਸੁਣ ਲਈ ਕਿਸੇ ਤੋਂ, ਉਹ ਮੈਂ ਹੁਣ ਪਿੱਛੇ ਜੀ ਮੈਨੂੰ ਉਹਨੇ ਕਿਹਾ ਸੋਸ਼ਲ ਰਿਫੋਰਮਸ ਬੁੱਕਸ ਆ ਰਾਮ ਚੰਦਰ, ਮੈਂ ਉਹ ਲੈ ਕੇ ਆਉਂਦਾ, ਮੈਂ ਉਹ ਪੜ੍ਹ ਲਈ। ਮਤਲਬ ਮੈਨੂੰ ਤੁਸੀਂ ਦੱਸ ਦਿਓ ਵੀ ਫਲਾਣੀ ਚੀਜ਼ ਆ, ਮੈਂ ਉਹਨੂੰ ਲੈ ਕੇ ਆਉਂਦਾ। ਪੋਲੀਟਿਕਸ ਦੇ ਵਿੱਚ ਰਾਹ ਦਸੇਰਾ ਕੌਣ ਬਣਿਆ, ਜਾਂ ਪੰਜਾਬ ਯੂਨੀਵਰਸਿਟੀ ਦੀ ਪੋਲੀਟਿਕਸ ਕਿਸ ਤਰੀਕੇ ਨਾਲ ਰਹੀ? ਐਕਟਿਵ ਪੋਲੀਟਿਕਸ ਦੇ ਵਿੱਚ ਫਿਰ ਲਿਆਉਣ ਵਾਲਾ ਕੌਣ ਸੀ ਤੁਹਾਨੂੰ, ਕਿਉਂਕਿ ਸਟੂਡੈਂਟ ਪੋਲੀਟਿਕਸ ਤਾਂ ਚਲੋ ਆਪਾਂ ਮੰਨ ਲਿਆ ਸੁਪੋਲ ਲੜੀ। ਲੜਾਉਣ ਵਾਲਾ ਤਾਂ ਪਰਮਾਤਮਾ ਹੀ, ਜਿਹਨਾਂ ਨਾਲ ਲੱਗੇ ਸੀਗੇ ਉਹਨਾਂ ਨੇ ਅਖੀਰ ਨੂੰ ਆ ਕੇ, ਹੁਣ ਮੈਂ ਇੱਥੇ ਕੀ ਬੋਲਣਾ, ਹੈ ਨਾ, ਅਤੇ ਉਹ ਦੂਜੇ ਹੀ ਸੀਗੇ। ਦੋਸਤੀ ਦੀ ਕੀ ਅਹਿਮੀਅਤ ਤੁਹਾਡੇ ਹਿਸਾਬ ਨਾਲ? ਕਿਉਂਕਿ ਲਾਈਫ ਇਹ ਦੋਸਤਾਂ ਨਾਲ ਆਉਂਦੀ ਹੈ, ਪੇਰੈਂਟਸ ਤੋਂ ਬਾਅਦ ਜੇ ਤੁਹਾਡੇ ਨਾਲ ਕੋਈ ਖੜਦਾ ਤਾਂ ਉਹ ਦੋਸਤ ਨੇ, ਕਿਉਂਕਿ ਸਾਰੀਆਂ ਗੱਲਾਂ ਤਾਂ ਤੁਸੀਂ ਉਹਨਾਂ ਨਾਲ ਤੁਸੀਂ ਕਰ ਨਹੀਂ ਸਕਦੇ ਪੇਰੈਂਟਸ ਨਾਲ। ਹੁਣ ਮੈਨੂੰ ਆ ਕੇ 90% ਲੋਕ ਕਦੇ ਇਹ ਥੋੜ੍ਹਾ ਕਹਿੰਦੇ ਨੇ ਵੀ MLA ਸਾਹਿਬ ਹੈਗੇ ਨੇ, MLA ਹੈਗਾ ਜਾਂ ਹੈਪੀ ਹੈਗਾ, ਪਹਿਲਾਂ ਬੈਲ ਮਾਰ ਕੇ ਆਵਾਜ਼ ਕੀ ਮਾਰੋ ਹੈਪੀ। ਬੜਾ ਪਿੱਛੇ ਜੀ ਕਿੰਤੂ ਪਰੰਤੂ ਉੱਠਣੇ ਸ਼ੁਰੂ ਹੋਏ ਸੀ, ਕਹਿੰਦੇ ਕਿ ਪਤਾ ਨਹੀਂ ਕਿੱਥੋਂ ਇੱਕ ਕਿੱਦਾਂ ਦਾ ਮਟੀਰੀਅਲ ਸਾਡੇ ਸਾਹਮਣੇ ਲਿਆ ਕੇ ਬਿਠਾ ਦਿੱਤਾ ਕਿ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਵੀ ਪਤਾ ਹੋਣਾ। ਇਹਨਾਂ ਲੋਕਾਂ ਨੇ ਪੈਸੇ ਦੀ ਸਿਆਸਤ ਕੀਤੀ, ਇਹਨਾਂ ਨੂੰ ਮਟੀਰੀਅਲ ਲੱਗਦਾ। ਇਹ ਤਾਂ ਚਾਹੁੰਦੇ ਸੀ ਕਿ ਅਸੀਂ ਬੈਠੇ ਹਾਂ, ਸਾਡੇ ਅੱਗੇ ਜੇ ਬਹਿਣ ਉੱਪਰ ਜੀ ਤਾਂ ਵੀ ਸਾਡੇ ਮੁੰਡੇ ਬਹਿਣ, ਜਾਂ ਸਾਡੀਆਂ ਨੂੰਹਾਂ ਬਹਿਣ, ਜਾਂ ਸਾਡੇ ਘਰ ਵਾਲੀਆਂ ਬਹਿਣ, ਜਾਂ ਸਾਡੇ ਪੋਤੇ ਬਹਿਣ। ਇਹ ਮੈਨੂੰ ਬਹੁਤ ਲੋਕ ਆਉਂਦੇ ਨੇ, ਮਿਲਦੇ ਨੇ ਜਦੋਂ, ਕਹਿੰਦੇ ਵੀ ਪਹਿਲੀ ਵਾਰ ਅਸੀਂ MLA ਨੂੰ ਇੱਦਾਂ ਮਿਲਦੇ, ਕਹਿੰਦੇ ਸਾਨੂੰ ਲੱਗਦਾ ਹੀ ਨਹੀਂ ਗਾ ਵੀ ਤੁਸੀਂ ਅਸੀਂ MLA ਕੋਲ, ਇਹ ਤਾਂ ਮਿਲਦੇ ਹੀ ਨਹੀਂ ਸੀ। ਤੁਸੀਂ ਵੀ ਜ਼ਿਕਰ ਕੀਤਾ ਕਿ ਨੌਜਵਾਨ ਪਲੱਸ ਟੂ ਕਰਕੇ ਬਾਹਰ ਜਾ ਰਹੇ, ਜਿਹੜੇ ਇੱਥੇ ਰਹਿ ਰਹੇ, ਨਸ਼ੇ ਦੀ ਇੰਨੀ ਜ਼ਿਆਦਾ ਪ੍ਰੋਬਲਮ ਹੋਈ ਪਈ ਹੈ ਵੀ ਕੋਈ ਹਿਸਾਬ ਨਹੀਂ ਹੈਗਾ, ਰੁਜ਼ਗਾਰ ਨੂੰ ਲੈ ਕੇ ਵੀ ਹਲੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਉਸ ਤਰੀਕੇ ਦਾ ਭਰੋਸਾ ਨਹੀਂ ਹੈਗਾ ਕਿ ਪੰਜਾਬ 'ਚ ਰਹਾਂਗੇ ਤਾਂ ਰੁਜ਼ਗਾਰ ਸਾਡਾ ਘਰ ਦਾ ਗੁਜ਼ਾਰਾ ਚੱਲੂਗਾ। ਤੁਸੀਂ ਦੇਖੋ ਜੀ, 36,000 ਪਲੱਸ ਨੌਕਰੀਆਂ ਦੇ ਚੁੱਕੇ, ਇਹ ਤੁਹਾਨੂੰ ਪਤਾ ਹੀ ਹੋ, 36,000 ਦੇ ਕਰੀਬ ਨੌਕਰੀਆਂ ਦੇ ਚੁੱਕੇ, ਚਾਹੇ ਉਹ ਕੱਚਿਆਂ ਤੋਂ ਪੱਕੇ ਕੀਤੇ। ਮੈਂ ਤੁਹਾਨੂੰ ਇਸ ਗੱਲ ਦਾ ਵਾਅਦਾ ਕਰਦਾ, ਵਾਅਦਾ ਠੀਕ ਆ, ਕਿ ਅਸੀਂ 5 ਸਾਲ ਦੇ ਵਿੱਚ ਸਿਸਟਮ ਨੂੰ ਸਹੀ ਕਰ ਦਾਂਗੇ। ਵਿਜ਼ਨ ਜਿਹੜਾ ਸਾਡਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਵਿਜ਼ਨ ਹੈਗਾ, ਨਸ਼ੇ ਤੋਂ ਮੁਕਤ ਕਰਨ ਦਾ ਜਿਹੜਾ ਸਾਡਾ ਸਿਸਟਮ ਹੈਗਾ, ਇਹਨੂੰ ਅਸੀਂ ਸਹੀ ਪਾਸ ਕਹਾਂ। ਕਰਪਸ਼ਨ ਜਿਹੜੀ ਆ ਉਹਨੂੰ ਪਹਿਲਾਂ ਨਾਲੋਂ ਦੇਖੋ ਠੱਲ ਪਈ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ, ਪ੍ਰੋਗਰਾਮ ਸਫ਼ਰ ਜ਼ਿੰਦਗੀ ਲੈ ਕੇ ਹਾਜ਼ਰ ਆ। ਦੋਸਤੋ, ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਰੂਬਰੂ ਇੱਕ ਅਜਿਹੀ ਸ਼ਖਸੀਅਤ ਕਰਵਾਈ ਜਾਵੇ ਜਿਹਨੇ ਇੱਕ ਸੰਘਰਸ਼ ਦੇਖਿਆ ਅਤੇ ਉਸ ਤੋਂ ਬਾਅਦ ਇੱਕ ਮੁਕਾਮ ਹਾਸਲ ਕੀਤਾ। ਅੱਜ ਸਾਡੇ ਨਾਲ ਰੁਪਿੰਦਰ ਸਿੰਘ MLA ਬੱਸੀ ਪਠਾਣਾ ਹੋਣਗੇ, ਗੱਲਬਾਤ ਕਰਕੇ ਸਮਝਾਂਗੇ ਕਿ ਇਹਨਾਂ ਦੀ ਜ਼ਿੰਦਗੀ ਦਾ ਇਹ ਸਫ਼ਰ MLA ਤੱਕ ਬਣਨ ਦਾ, ਕਿਉਂਕਿ ਸਟੂਡੈਂਟ ਪੋਲੀਟਿਕਸ ਤੋਂ ਬਾਅਦ ਜਦੋਂ ਅਸੀਂ MLA ਬਣਨ ਦੀ ਗੱਲ ਕਹਿੰਦੇ ਹਾਂ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਬੜਾ ਲੰਮਾ ਇੱਕ ਪੜਾਅ ਹੁੰਦਾ, ਉਹ ਕਿਸ ਤਰੀਕੇ ਨਾਲ ਹੰਡਾਇਆ ਅਤੇ ਹੁਣ MLA ਬਣ ਕੇ ਕਿਸ ਤਰੀਕੇ ਨਾਲ ਸਿਸਟਮ ਨੂੰ ਸਮਝ ਰਹੇ ਨੇ, ਬਹੁਤ ਸਾਰੀਆਂ ਚੀਜ਼ਾਂ ਨੇ। ਅਕਸਰ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਇਹ ਚਰਚਾ ਰਹਿੰਦੀ ਹੈ ਕਿ ਨੌਜਵਾਨ ਪੀੜ੍ਹੀ ਸਿਆਸਤ ਦੇ ਵੱਲੋਂ ਕਿਉਂ ਨਹੀਂ ਆਉਂਦੀ, ਤਾਂ ਇਹ ਸਿਆਸਤ ਵੱਲੋਂ ਜੇ ਆਏ ਨੇ ਤਾਂ ਕਿਹੜੀਆਂ ਚੀਜ਼ਾਂ ਸਮਝ ਰਹੇ ਨੇ, ਦੇਖ ਰਹੇ ਨੇ, ਅੱਜ ਇਹਨਾਂ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਭਾਈ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਰੁਪਿੰਦਰ ਜੀ, ਇਹ ਜ਼ਿੰਦਗੀ ਦੇ ਵਿੱਚ ਬੜੇ ਪੜਾਅ ਹੁੰਦੇ ਨੇ ਬੰਦੇ ਦੇ, ਜੇ ਅਸੀਂ MLA ਬਣ ਕੇ ਲੋਕਾਂ 'ਚ ਵਿਚਰਦੇ ਤਾਂ ਮੈਨੂੰ ਲੱਗਦਾ ਕਿ ਇਹਦੀ ਆਪਣੀ ਇੱਕ ਖੁਸ਼ੀ ਵੀ ਹੁੰਦੀ ਹੈ, ਨਾਲ ਦੀ ਨਾਲ ਜ਼ਿੰਮੇਵਾਰੀ ਵੀ ਹੁੰਦੀ ਹੈ। ਹੁਣ ਤੱਕ ਦਾ ਇਹ ਸਫ਼ਰ, ਜੇ ਕੁਝ ਸ਼ਬਦਾਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ, ਕਿਹੋ ਜਿਹਾ ਸਫ਼ਰ ਹੈ ਹੁਣ ਤੱਕ ਦਾ? ਪਹਿਲਾਂ ਤਾਂ ਇਸ ਗੱਲ ਦਾ ਸ਼ੁਕਰ ਮਨਾਉਂਦੇ ਹਾਂ, ਧੰਨਵਾਦ ਕਰਦੇ ਹਾਂ ਅਸੀਂ ਪਰਮਾਤਮਾ ਦਾ, ਹਲਕੇ ਦੇ ਲੋਕਾਂ ਦਾ, ਮਾਣਯੋਗ ਮੁੱਖ ਮੰਤਰੀ ਸਾਹਿਬ, ਭਗਵੰਤ ਸਿੰਘ ਮਾਨ ਸਾਹਿਬ ਦਾ, ਅਰਵਿੰਦ ਕੇਜਰੀਵਾਲ ਜੀ ਦਾ, ਕਿ ਜਿਹੜੇ ਅਸੀਂ ਇਸ ਲਾਈਨ 'ਚ ਨੂੰ ਆਏ ਹੈਗੇ ਹਾਂ, ਕਿਉਂਕਿ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਜਿਹੜਾ ਹੁੰਦਾ
ਉਹ ਬਹੁਤ ਵੱਡੀ ਜ਼ਿੰਮੇਵਾਰੀ ਆ, ਪੰਜਾਬ ਦੀ ਜ਼ਿੰਮੇਵਾਰੀ ਆ, ਹਲਕੇ ਦੀ ਜ਼ਿੰਮੇਵਾਰੀ, ਬਹੁਤ ਵੱਡੀ ਜ਼ਿੰਮੇਵਾਰੀ ਲੈ ਕੇ ਅਸੀਂ ਜਿਹੜਾ ਚੱਲੇ ਹਾਂ। ਸੋ ਅਸੀਂ ਇੱਕ ਟੀਮ ਦੇ ਤੌਰ 'ਤੇ ਕੰਮ ਕਰਦੇ ਹਾਂ। ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਸ਼ੁਰੂ ਤੋਂ ਸੰਘਰਸ਼ ਦੀ ਗੱਲ ਹੋ ਜਾਂਦੀ ਹੈ ਕਿ ਆਪਾਂ ਉਹਨਾਂ ਪਰਿਵਾਰਾਂ 'ਚੋਂ ਜਿੱਥੇ ਪੋਲਿਟਿਕਸ ਦਾ ਨਾਮੋ ਨਿਸ਼ਾਨ ਮਿਲੀ ਹੁੰਦਾ ਸੀਗਾ। ਸੋ ਅਸੀਂ ਕੋਈ MLA MPਾਂ ਦੇ ਮੁੰਡੇ ਤਾਂ ਹੈ ਨਹੀਂ ਸੀਗੇ, ਸਾਡੇ ਪਰਿਵਾਰ ਆਮ ਪਰਿਵਾਰ ਨੇ। ਮੇਰੇ ਫਾਦਰ ਆਰਮੀ 'ਚ ਜੋ ਰਿਟਾਇਰ ਨੇ ਅਤੇ ਮਿਹਨਤ ਮਜ਼ਦੂਰੀ ਵਾਲੇ ਪਰਿਵਾਰ ਸੀ ਦਾਦਾ ਜੀ, ਮਤਲਬ ਉਹ ਸਾਨੂੰ ਬਹੁਤ ਸਾਡੇ ਲਈ ਸਟਰਗਲ ਦੀ ਗੱਲ ਸੀਗੀ ਕਿ ਇਸ ਲਾਈਨ 'ਤੇ ਆਉਣਾ, ਇਸ ਅਲੱਗ ਕੰਮ ਸੀਗਾ। ਜਦੋਂ ਸ਼ੁਰੂਆਤ ਕੀਤੀ ਭੋਗਲ ਸਾਹਿਬ, ਮੈਂ ਤੁਹਾਨੂੰ ਦੱਸਦਾ ਕਿ ਉਦੋਂ ਇਹ ਵੀ ਕਿਹਾ ਕਿ ਮਜ਼ਾਕ ਵੀ ਉਡਾਉਂਦਾ ਅਗਲਾ ਕਿ ਲੈ ਯਾਰ ਇਹਨੇ MLA ਬਣਨਾ, ਪਰ ਇੱਕ ਮਨ ਦੇ ਵਿੱਚ ਇੱਛਾ ਸੀ। ਮੈਨੂੰ ਇਹ ਲੱਗਦਾ ਕਿ ਜੇ ਅਸੀਂ ਸਹੀ ਹਾਂ ਤਾਂ ਸਾਨੂੰ ਆਉਣਾ ਚਾਹੀਦਾ, ਸਾਡੇ ਯੂਥ ਨੂੰ ਇੱਧਰ ਆਉਣਾ ਚਾਹੀਦਾ, ਕਿਉਂਕਿ ਯੂਥ ਨੇ ਸਿਸਟਮ ਨੂੰ ਚੇਂਜ ਕਰਨਾ ਹੈਗਾ। ਬਹੁਤ ਲੋੜ ਆ ਸਾਨੂੰ, ਬਹੁਤ ਚੰਗੇ, ਮੈਂ ਨਹੀਂ ਕਹਿੰਦਾ ਮੈਂ ਹੀ ਚੰਗਾ, ਸਾਰੇ ਹੀ ਸਾਡੇ ਜਿਹੜੇ MLA ਸਾਹਿਬਾਨ ਕੰਮ ਕਰ, ਸਾਰੇ ਚੰਗਾ ਕੰਮ ਕਰਦੇ ਨੇ। ਸੋ ਚੰਗੇ ਬੰਦੇ ਅਗਰ ਦੂਰ ਹੋ ਜਾਣਗੇ ਤਾਂ ਮਾੜੇ ਬੰਦੇ ਦੀ ਐਂਟਰੀ ਜਿਹੜੀ ਆ ਉਹ ਆਟੋਮੈਟਿਕਲੀ ਸੰਭਵ ਹੋ ਜਾਂਦੀ, ਉਹ ਹੋਣੀ ਹੋ ਰਿਹਾ। ਦੇਖੋ ਇਹ ਗੈਪ ਕਿਸੇ ਨੇ ਤਾਂ ਫਿਲ ਕਰ ਰਹੇ ਹਾਂ। ਸੋ ਆਪਾਂ ਚੰਗੇ ਬੰਦੇ ਨੇ ਜਿਹੜੇ ਉਹਨਾਂ ਨੂੰ ਇਸ ਲਾਈਨ 'ਚ ਜ਼ਰੂਰ ਆਉਣਾ ਚਾਹੀਦਾ, ਪੋਲਿਟਿਕਸ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ, ਤਾਂ ਕਿ ਸਮੱਸਿਆਵਾਂ ਨੇ ਜਿਹੜੀਆਂ ਉਹ ਲੋਕਾਂ ਤੱਕ, ਲੋਕਾਂ ਦੀ ਸਮੱਸਿਆਵਾਂ ਜਿਹੜੀਆਂ ਸਰਕਾਰ ਤੱਕ ਪਹੁੰਚਾਈਆਂ ਜਾ ਸਕਣ। ਜੇ ਅਸੀਂ ਸ਼ੁਰੂਆਤ ਦੀ ਗੱਲ ਕਰੀਏ, ਬੱਸੀ ਪਠਾਣਾ ਦਾ ਜਨਮ ਆ ਤੁਹਾਡਾ, ਅਤੇ ਮੁੱਢਲੀ ਪੜ੍ਹਾਈ ਜਿਹੜੀ ਤੁਹਾਡੀ ਕਿੱਥੇ ਹੋਈ ਹੈ? ਨਾਲ ਮੇਰਾ ਪਿੰਡ ਹੈ ਜੀ ਬਹਾਦਰਗੜ੍ਹ, ਨਾਲ ਬਹਾਦਰਗੜ੍ਹ ਪਿੰਡ ਆ ਸਾਡੇ। ਉੱਥੇ ਸਕੂਲ ਹੈਗਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸਾਹਿਬ ਸਕੂਲ ਹੈ ਜਿੱਥੇ ਮੇਰੀ ਮੁੱਢਲੀ ਪੜ੍ਹਾਈ ਹੋਈ। ਉਸ ਤੋਂ ਬਾਅਦ ਮੈਂ ਪਲੱਸ ਟੂ ਕੀਤੀ ਉਸ ਸਕੂਲ 'ਚ, ਦਸਵੀਂ ਕਲਾਸ ਤੱਕ ਦੀ ਨਰਸਰੀ ਤੋਂ ਲੈ ਕੇ, ਫਿਰ ਪਲੱਸ ਟੂ ਕੀਤੀ ਮਾਤਾ ਗੁਜਰੀ ਸਕੂਲ ਤੋਂ ਫਤਿਹਗੜ੍ਹ ਸਾਹਿਬ ਤੋਂ, ਫਿਰ ਮਾਤਾ ਗੁਜਰੀ ਕਾਲਜ ਤੋਂ BA ਕੀਤੀ, ਗ੍ਰੈਜੂਏਸ਼ਨ ਕੀਤੀ, BED ਕੀਤੀ ਮੈਂ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਜਲੰਧਰ ਤੋਂ, MA ਕੀਤੀ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਫਿਰ PTG ਤੋਂ ਲੱਗ ਗਏ MBA ਕਰਨ, ਵਿੱਚ ਵਿਚਾਲੀ ਫਰੀ ਗਈ ਉਹ। ਸੋ ਹਾਲਾਤ ਥੋੜ੍ਹੇ ਜਿਹੇ ਇੱਦਾਂ ਦੇ, ਫਿਰ LLB ਕੀਤੀ ਮੈਂ ਪੰਜਾਬੀ ਯੂਨੀਵਰਸਿਟੀ ਤੋਂ। ਸੋ ਇਹ ਮੇਰਾ ਜਿਹੜਾ ਸਿਸਟਮ ਸੀਗਾ ਉਹ ਚੱਲਦਾ, ਪਰ ਜਿਵੇਂ ਇੱਕ ਮਨ ਦੇ ਵਿੱਚ ਇੱਕ ਤਾਂਘ ਸੀਗੀ ਕਿ ਆਪਾਂ ਇਸ ਕਹੂੰਗਾ ਨਾ, ਕਿਉਂਕਿ ਜਦੋਂ ਮੈਂ ਇੱਥੇ ਆਇਆ ਆਪਣੇ ਯੂਨੀਵਰਸਿਟੀ ਆਇਆ, ਉੱਥੇ ਜਾ ਕੇ ਅਸੀਂ ਜਦੋਂ DR ਦੀ ਇਲੈਕਸ਼ਨ ਲੜੀ, ਇਲੈਕਸ਼ਨ ਜਿੱਤੇ, ਉੱਥੋਂ ਥੋੜ੍ਹਾ ਜ਼ਿਆਦਾ ਇਸ ਪਾਸੇ ਨੂੰ ਧਿਆਨ ਹੋ ਗਿਆ। ਮੈਂ ਉਹੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ, ਕਿਉਂਕਿ ਵਿਦਿਆਰਥੀ ਪੋਲੀਟਿਕਸ ਦੇ ਵਿੱਚ ਜਦੋਂ ਬੰਦਾ ਪੈਂਦਾ ਉਹਦੇ ਨਾਲ ਆਪਣੇ ਆਪ ਤਾਂਘ ਜੁੜ ਜਾਂਦੀ ਹੈ ਵੀ ਹਾਂ ਇਹ ਕੰਮ ਦੇ ਵਿੱਚ ਵੀ ਅੱਗੇ ਜਾਇਆ ਜਾ ਸਕਦਾ ਹੈਗਾ। ਬਿਲਕੁਲ ਜੀ, ਜਦੋਂ ਤੁਸੀਂ ਇਹ ਨਾ ਆਪਾਂ ਕਹਿ ਦਿੰਦੇ ਹਾਂ ਵੀ ਅਚਾਨਕ ਕੁਛ ਨਹੀਂ ਹੁੰਦਾ, ਪਰਮਾਤਮਾ ਬਹੁਤ ਚੀਜ਼ਾਂ ਤੁਹਾਡੇ ਲਈ ਜਿਵੇਂ ਡੈਸਟਨੀ ਵਰਡ ਹੈ, ਪੂਰੀ ਪ੍ਰੀ ਪਲੈਨਡ ਤਰੀਕੇ ਨਾਲ ਤੁਹਾਨੂੰ ਉਸ ਪਾਸੇ ਨੂੰ ਤੋੜੀ ਜਾਂਦਾ। ਜਦੋਂ ਮੈਂ ਪੜ੍ਹਦਾ ਸੀ ਸਪੋਰਟ ਐਜ਼ ਆ ਸਪੋਰਟਸਮੈਨ, ਜਿਵੇਂ ਟੀਮ ਦਾ ਕੈਪਟਨ ਬਣਨਾ, ਅੱਗੇ ਹੋ ਕੇ ਝੰਡਾ ਚੱਕਣਾ ਹਰ ਕੰਮ ਨੂੰ, ਮੇਰੀ ਆਦਤ ਤਾਂ ਮੈਂ ਨੰਨਾ ਨਹੀਂ ਪਾਇਆ। ਕਿਹੜੀ 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 ਖੇਡ ਖੇਡਦੇ? ਮੈਂ ਹਾਕੀ ਖੇਡਦਾ ਰਹੇ, ਫੁੱਟਬਾਲ ਖੇਡਦਾ ਰਹੇ, ਠੀਕ ਆ, ਅਤੇ ਕਾਲਜ 'ਚ ਅਸੀਂ ਫਿਰ ਹੈਂਡਬਾਲ ਖੇਡੀ। ਸੋ ਮਤਲਬ ਮੈਂ ਨਹੀਂ ਬਹੁਤ ਵੱਡਾ ਪਲੇਅਰ ਨਹੀਂ ਬਣਿਆ, ਪਰ ਮੈਂ ਗੇਮਸ 'ਚ ਇਸ ਕਰਕੇ ਰਿਹਾ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਸੀ ਕਿ ਤਾਂ ਸਿਹਤ ਤੰਦਰੁਸਤ ਰਹਿੰਦੀ ਆ। ਬੜੀ ਛੇਤੀ ਮਹਾਰਾਜ ਨੇ ਮੇਰੇ 'ਤੇ ਕਿਰਪਾ ਕੀਤੀ, ਉਹਨੂੰ ਪਤਾ ਸੀ। ਦੂਜਾ, ਤੁਸੀਂ ਨਸ਼ਿਆਂ ਤੋਂ ਜਾਂ ਮਾੜੀ ਸੰਗਤ ਤੋਂ ਬਚ ਜਾਂਦੇ। ਅਸੀਂ ਸੁਬਾਹ ਸ਼ਾਮ ਗਰਾਊਂਡ ਜਾਂਦੇ ਸੀਗੇ, ਸੋ ਇਸੇ ਕਰਕੇ ਧਿਆਨ ਹੀ ਕਿਸੇ ਹੋਰ ਪਾਸੇ ਨਹੀਂ ਸੀਗਾ, ਬਸ ਸਾਡਾ ਗਰਾਊਂਡ ਸੀਗਾ। ਗਰਾਊਂਡ ਤੋਂ ਬਾਅਦ ਅਸੀਂ ਆਪਣੇ ਮਿੱਤਰਾਂ ਬਿੱਲੀਆਂ 'ਚ ਬੈਠ ਲਏ, ਬਸ ਵੀ ਉਹ ਪੜ੍ਹ ਲਏ, ਇੰਨੇ ਕੀ ਮੇਰੀ ਲਾਈਫ ਜਾਂ ਉਹ ਸੀਗਾ। ਫਿਰ ਤੁਸੀਂ ਐਨਰਜੀ ਹੁੰਦੀ, ਤੁਸੀਂ ਕਿਤੇ ਮਿਸਯੂਜ਼ ਨਹੀਂ ਹੁੰਦੀ, ਇਸ ਕਰਕੇ ਇਸ ਪਾਸੇ ਨੂੰ ਹੌਲੀ ਹੌਲੀ ਵੱਧਦੇ ਵੱਧਦੇ ਵਧੀ ਗਏ। ਫਿਰ ਇਲੈਕਸ਼ਨ ਲੜਨ ਲੱਗ ਗਏ, ਫਾਦਰ ਮੇਰੇ MC ਬਣੇ, ਮੇਰੀ ਵਾਈਫ ਕੌਂਸਲਰ ਬਣੇ, ਫਿਰ ਇਹ ਵੱਧਦਾ 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 ਵਧੀ, ਕਿਉਂਕਿ ਮੈਂ ਤਾਂ ਇੱਕ ਪ੍ਰੋਪਰ ਚੱਲ ਹੀ ਰਿਹਾ ਸੀ ਚੈਨਲ ਦੇ ਵਿੱਚ। ਸੋ ਵੱਧਦਾ 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 ਫਿਰ ਇਸ ਪਾਸੇ ਨੂੰ ਧਿਆਨ ਜਿਹੜਾ ਉਹ ਚਲਾ ਗਿਆ। LLB ਕੀਤੀ, ਉਸ ਤੋਂ ਬਾਅਦ ਪ੍ਰੈਕਟਿਸ? ਨਹੀਂ ਜੀ, ਪ੍ਰੈਕਟਿਸ ਨਹੀਂ ਮੈਂ ਕੀਤੀ ਹੈ। ਸੋ ਇੱਧਰ ਹੀ ਸੀਗੀ, ਇੱਕ ਸ਼ੌਂਕ ਸੀ, ਕਿਉਂਕਿ ਪਹਿਲਾਂ ਮੈਂ ਜਦੋਂ BED ਕਰਨੀ ਸੀ ਜਿਹੜਾ ਉਸ ਟਾਈਮ ਮੈਂ ਫੋਰਮ ਭਰੇ ਸੀਗੇ, ਪਰ ਮੈਨੂੰ ਉਦੋਂ BED 'ਚ ਨੰਬਰ ਆ ਗਿਆ ਅਤੇ ਲੱਗਿਆ ਚਲੋ BED ਕਰ ਲੈਂਦੇ ਹਾਂ। ਕਿਹੜਾ ਉਹ ਸਮਾਂ ਇੱਦਾਂ ਦਾ ਹੁੰਦਾ ਤੁਹਾਨੂੰ ਆਪਣੀ ਕੀ ਕਰਨਾ ਤੁਸੀਂ, ਤੁਹਾਨੂੰ ਕੋਈ ਸਮਝ ਨਹੀਂ। ਕੁਛ ਮੈਨੂੰ ਲੱਗਦਾ ਯੂਥ ਵੈਸੇ ਵੀ ਪੰਜਾਬ ਵਿੱਚ ਵੱਡੀ ਸਮੱਸਿਆ ਹੈਗੀ ਹੈ ਕਿ ਸਾਨੂੰ ਡਾਇਰੈਕਸ਼ਨ ਕਈ ਵੇਲੇ ਨਹੀਂ ਦਿੱਤੀ ਜਾਂਦੀ ਵੀ ਅਸੀਂ ਜਾਣਾ ਕਿੱਧਰਲੇ ਪਾਸੇ ਨੂੰ ਆ। ਇਹ ਬਹੁਤ ਵੱਡੀ ਸਮੱਸਿਆ। ਹੁਣ ਮੇਰੇ ਮੈਨੂੰ ਕੋਈ ਬੱਚਾ ਪੁੱਛਦਾ ਹੈਗਾ ਕਿਵੇਂ ਕਰਨਾ, ਮੈਂ ਕਹਿੰਦਾ ਇਹਨੂੰ 8th ਕਲਾਸ ਤੋਂ 9th ਤੋਂ ਸਿਖਾਉਣਾ ਸ਼ੁਰੂ ਕਰੋ ਵੀ ਤੁਸੀਂ ਕੀ ਬਣਨਾ। ਮੰਨ ਲਓ ਆਪਾਂ 100 ਬੱਚਿਆਂ ਨੂੰ ਇਹ ਕਹਾਂਗੇ ਕਿ ਤੁਸੀਂ UPSC ਦੀ ਤਿਆਰੀ ਕਰੋ, 100 ਦੇ ਵਿੱਚੋਂ ਮੈਂ ਗਾਰੰਟੀ ਦਿੰਦਾ, ਇਸ ਗੱਲ ਦੀ ਮੈਂ ਲਿਖਤੀ ਦੇਣ ਨੂੰ ਤਿਆਰ ਹਾਂ, 50-60% ਬੱਚੇ ਉਹ ਅਪੀਅਰ ਹੋਣ ਵਿੱਚ। ਅਗਰ ਆਪਣੇ ਵਿੱਚ 20-30% ਵੀ ਨਿਕਲ ਗਏ ਠੀਕ ਹੈ ਯਾਰ, ਮਤਲਬ ਸਾਰਾ ਕੁਛ ਨਹੀਂ ਹੋਇਆ ਕਰਦਾ ਕਦੇ, ਪਰ ਅਸੀਂ ਉਸ ਉਹਨੂੰ ਤਿਆਰ ਹੀ ਨਹੀਂ ਕਰਦੇ। ਅੱਜ ਇੱਕੋ ਤਿਆਰੀ ਲੋਕਾਂ 'ਚ ਚਲੀ ਆ ਰਹੀ ਹੈ, ਪਲੱਸ 2 ਕਰੋ, IELTS ਕਰੋ ਅਤੇ ਬਾਹਰ ਜਾਓ।
ਸੋ ਅਸੀਂ ਫਿਰ ਅਸੀਂ ਇੱਕ ਕਹੀ ਜਾਂਦੇ ਹਾਂ ਕਿ ਇੱਥੇ ਹੈ ਕੁਛ ਨਹੀਂ ਸਿਸਟਮ 'ਚ, ਇੱਥੇ ਅਸੀਂ ਹੀ ਸਿਸਟਮ ਨੂੰ ਖਾਲੀ, ਅਸੀਂ ਜਦੋਂ ਕਿਸੇ ਨੂੰ ਰੂਮ ਦੇ ਦਿੱਤਾ, ਸਪੇਸ ਦੇ ਦਿੱਤੀ, ਕੋਈ ਹੋਰ ਆ ਕਿਤੇ ਰਹੂਗਾ ਜੀ? ਵੈਸੇ ਤੁਸੀਂ ਇਹ ਵੀ ਚੀਜ਼ ਕਦੇ ਨੋਟਿਸ ਕੀਤੀ ਕਿ ਸਾਡੇ ਪੰਜਾਬ ਦੇ ਵਿੱਚ ਇਹ ਵੀ ਤਰਾਸਦੀ ਹੈ ਕਿ ਅਸੀਂ ਬੱਚੇ ਨੂੰ ਨੌਕਰੀ ਕਰਨਾ ਸਿਖਾਉਂਦੇ ਹਾਂ ਪਰ ਵਪਾਰ ਕਰਨਾ ਨਹੀਂ ਸਿਖਾਉਂਦੇ, ਉਹਨੂੰ ਬਿਜ਼ਨਸ ਸਿਖਾਉਂਦੇ ਹੀ ਨਹੀਂ ਹੈਗੇ? ਮੇਰੇ ਫਾਦਰ ਸਾਹਿਬ ਨੂੰ ਲੋਕਾਂ ਨੇ ਬਹੁਤ ਕਿਹਾ ਕਿ ਪੜ੍ਹਿਆ ਲਿਖਿਆ ਇਹਨੂੰ ਨੌਕਰੀ ਕਰਵਾਓ, ਇਹਨੂੰ ਕਿ ਕਿਉਂ ਇਸ ਪਾਸੇ ਨੂੰ ਤੋਰਿਆ ਹੋਇਆ? ਕਹਿੰਦੇ ਯਾਰ ਜ਼ਰੂਰੀ ਥੋੜ੍ਹਾ ਨੌਕਰੀ ਕਰਨ ਦੀ ਪੜ੍ਹ ਕੇ, ਠੀਕ ਹੈ ਆਪਣਾ ਕੰਮ ਕਾਰ ਕਰੇ, ਆਪਣਾ ਜੋ ਵੀ ਮਾੜਾ ਮੋਟਾ ਕਾਰੋਬਾਰ ਹੈ ਉਹ ਕਰੇ, ਪੋਲਿਟਿਕਸ ਕਰਨੇ ਤਾਂ ਪੋਲਿਟਿਕਸ ਕਰੇਗਾ, ਇਹ ਵੀ ਆਪਣਾ ਦੇਸ਼ ਦੇ ਲਈ ਕੰਮ ਕਰਨ, ਕਹਿੰਦੇ ਕੋਈ ਜ਼ਰੂਰੀ ਨਹੀਂ। ਇੱਦਾਂ ਦੀ ਸੋਚ ਬਹੁਤ ਘੱਟ ਪੇਰੈਂਟਸ ਰੱਖਦੇ ਨੇ, ਕਿਉਂਕਿ ਜਦੋਂ ਇਹ ਕਹਿ ਦਿੰਦਾ ਬੰਦਾ ਪੋਲੀਟਿਕਸ ਦੇ ਵਿੱਚ ਕਾਮ ਬੰਦੇ ਦਾ ਆਉਣਾ ਕੀ, ਉਹ ਸਾਰੇ ਪਰਿਵਾਰ ਨੂੰ, ਮੰਨ ਲਓ ਸਾਰੇ ਪਰਿਵਾਰ ਨੂੰ, ਮਤਲਬ ਇੱਕ ਮੰਨ ਲਓ ਕੁੱਲ 'ਚ ਪੀੜ ਕੇ ਆਉਣ ਵਾਲਾ ਕੰਮ ਹੁੰਦਾ, ਕਿਉਂਕਿ ਓਨੇ ਕੁ ਸੋਰਸਿਸ ਹੁੰਦੇ ਨੇ ਉਹਦੇ 'ਚ, ਤੁਸੀਂ ਖਰਚੇ ਵੀ ਕਰਨੇ ਆ ਜੇ ਇਮਾਨਦਾਰੀ ਨਾਲ ਕਰਨਾ, ਕਿਸੇ ਅੱਗੇ ਹੱਥ ਵੀ ਨਾ ਪਰਮਾਤਮਾ ਅੜਾਵੇ, ਹੈ ਨਾ? ਸੋ ਜੇ ਤੁਸੀਂ ਇਮਾਨਦਾਰੀ ਨਾਲ ਪੋਲਿਟਿਕਸ ਕਰਨੀ ਹੈ ਤਾਂ ਬਹੁਤ ਬਹੁਤ ਟਫ ਹੈ। ਮੈਂ ਉਹੀ ਸਵਾਲ ਕਰਨ ਲੱਗਾ ਸੀਗਾ ਕਿ ਸਿਆਸਤਦਾਨ ਅਕਸਰ ਉਹਨਾਂ ਦੇ ਨਾਲ ਬਹੁਤ ਵੱਡੇ ਸ਼ੰਕੇ, ਸਵਾਲ, ਕਿੰਤੂ ਪਰੰਤੂ ਜਾਂ ਸਮੇਂ ਸਮੇਂ 'ਤੇ ਉਹਨਾਂ 'ਤੇ ਇਲਜ਼ਾਮ ਲੱਗਦੇ ਰਹਿੰਦੇ ਨੇ। ਇੱਕ ਆਮ ਵਿਅਕਤੀ ਦੇ ਲਈ ਇਮਾਨਦਾਰੀ ਨਾਲ ਸਿਆਸਤ ਕਰਨਾ ਤੁਹਾਡੇ ਹਿਸਾਬ ਨਾਲ ਕੀ ਆਸਾਨ ਹੈਗਾ? ਦੇਖੋ ਇਮਾਨਦਾਰੀ ਕਿੱਦਾਂ ਦਾ ਸ਼ਬਦ ਹੈਗਾ ਜਿਹੜਾ ਟਫ ਬਹੁਤ ਹੈ, ਪਰ ਜੇ ਤੁਸੀਂ ਅਰਦਾਸ ਕਰੋਗੇ ਪਰਮਾਤਮਾ ਅੱਗੇ ਜਿਹੜਾ ਤੁਹਾਨੂੰ ਇੱਥੇ ਲੈ ਕੇ ਆਇਆ, ਤਾਂ ਤੁਸੀਂ ਉਹਦੇ ਨਹੀਂ ਚੱਲ ਜਾਣਾ। ਮੈਂ ਆਪਣੇ ਪਰਿਵਾਰ ਨੂੰ ਵੀ ਇਹ ਗੱਲਾਂ ਦੱਸਦਾ, ਮੈਂ ਸਾਰਿਆਂ ਨੂੰ ਕਹਿੰਦਾ ਵੀ ਦੇਖੋ ਆਪਣੇ ਕੋਲ ਇੰਨਾ ਕੁਛ ਹੈਗਾ, ਜੇ ਤੁਸੀਂ ਸੋਚੋ ਵੀ ਮੈਂ ਬਹੁਤ ਹੋ ਜਾਊਂਗਾ, ਮੈਥੋਂ ਹੋਣਾ ਮੈਂ ਨਹੀਂ ਕਰ ਸਕਦਾ। ਹੁਣ ਗੁਰੂ ਘਰ ਜਾਂਦੇ ਹਾਂ ਪਰਮਾਤਮਾ ਅੱਗੇ ਅਰਦਾਸ ਕਰਦਾ, ਮੈਂ ਇਹ ਔਨ ਰਿਕਾਰਡ ਕਹਿ ਰਿਹਾ, ਅਰਦਾਸ ਕਰਦਾ ਕਿ ਬਾਬਾ ਜੀ ਤੁਸੀਂ ਇੱਥੇ ਹੁਣ ਆਪਾਂ ਇਮਾਨਦਾਰ ਬਣਨਾ, ਇਮਾਨਦਾਰੀ ਨਾਲ ਕੰਮ ਕਰਨਾ। ਮੇਰੇ ਫਾਦਰ ਮੈਨੂੰ ਰੋਜ਼ ਇਹ ਗੱਲ ਸਮਝਾਉਂਦੇ, ਕਿਉਂਕਿ ਆਰਮੀ ਬੈਕਗਰਾਊਂਡ ਹੈਗਾ, ਉਹ ਤਾਂ ਮੈਂ ਇਮਾਨਦਾਰੀ ਰੱਖਣੀ ਆ, ਕੁਛ ਨਹੀਂ ਪਿਆ, ਸਾਰਾ ਕੁਛ ਜ਼ਿੰਦਗੀ 'ਚ ਹੋਈ ਜਾਣਾ। ਸੋ ਸਾਡੇ ਪਰਿਵਾਰ ਦੇ ਵਿੱਚੋਂ ਸਾਨੂੰ ਇਹ ਚੀਜ਼ ਸਿਖਾਈ ਜਾਂਦੀ ਹੈ, ਜਦੋਂ ਤੁਹਾਡੇ ਪਰਿਵਾਰ ਦੀਆਂ ਖਾਹਿਸ਼ਾਂ ਵੱਡੀਆਂ ਹੋ ਜਾਣ ਵੱਡੇ ਵੱਡੇ, ਮੈਂ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਦੱਸ ਕੇ ਰੱਖਦਾ ਵੀ ਆਪਾਂ ਇੰਨੇ ਕੁ ਜੁਗਾ ਸਿਸਟਮ ਆਪਾਂ ਇੰਨਾ ਕਰ ਸਕਦੇ ਹਾਂ ਬਸ। ਮੈਂ ਦੋਸਤਾਂ ਮਿੱਤਰਾਂ ਨੂੰ ਵੀ ਦੱਸ ਦਿੰਦਾ, ਮੇਰੇ 'ਚ ਸ਼ੁਰੂ ਤੋਂ ਨਹੀਂ ਰਿਹਾ ਕਿ ਮੈਂ ਉੱਚੀ ਚੱਕ ਮੈਂ ਕਰ, ਠੀਕ ਆ ਯਾਰ ਜਿੰਨਾ ਹੈਗਾ ਠੀਕ, ਆਈ ਐਮ ਸੈਟਿਸਫਾਈਡ ਵਿਦ ਮਾਈ ਲਾਈਫ। ਮੈਨੂੰ ਇਹ ਹੁੰਦਾ ਕਿ ਯਾਰ ਮੈਂ ਜਿੰਨਾ ਕੁ ਹੈਗਾ ਉਹ ਸਹੀ ਸਹੀ ਦੱਸ। ਇੱਕ ਤਾਂ ਇਹ ਵੀ ਚਰਚਾ, ਕਹਿੰਦੇ ਕਿ ਜਦੋਂ ਬੰਦਾ ਮੰਤਰੀ ਸੰਤਰੀ ਬਣ ਜਾਂਦਾ ਜਾਂ MLA ਬਣ ਜਾਂਦਾ, ਗੱਡੀਆਂ ਕਾਰਾਂ ਕੋਠੀਆਂ ਸਾਰਾ ਕੁਛ ਬਣ ਜਾਂਦਾ, ਤੁਸੀਂ ਅੱਜ ਵੀ ਦੋ ਕਮਰਿਆਂ ਦੇ ਮਕਾਨ ਦੇ ਵਿੱਚ ਰਹਿ ਰਹੇ? ਬਿਲਕੁਲ ਜੀ, ਮੈਂ ਹੱਸਦਾ ਸੀ ਕਿ ਮੇਰੇ ਨਾਲ ਦੇ ਨੂੰ ਘਰ ਬਣਾ ਲਾ, ਹੈ ਨਾ? ਸੋ ਹਜੇ ਜੋੜ ਜੋੜ ਲਈ ਕਿਤੇ ਮਾੜਾ ਮੋਟੇ ਪੈਸੇ ਤਾਂ ਕੋਈ ਉਹ 'ਚੋਂ ਫਾਦਰ ਸਾਹਿਬ ਦੇ ਨਾਲ ਅਸੀਂ ਸਲਾਹ ਕਰਦੇ ਹਾਂ ਵੀ ਚਲੋ ਦੋ ਤਿੰਨ ਕਮਰੇ ਹੋਰ ਬਣਾ ਲਈਏ, ਕਿਉਂਕਿ ਲੋੜ ਹੈਗੀ ਹੈ ਪਿੰਡ, ਹੈ ਨਾ? ਪਰ ਸੱਚਾਈ ਦੱਸਦਾ, ਇੱਕ ਦਿਨ ਮੈਂ ਹੈ ਛੋਟਾ ਜਿਹਾ ਕਿੱਸਾ, ਮੈਂ ਪੱਠੇ ਵਾਲੇ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਵੀ ਬਾਈ ਜੀ ਇੱਟ ਕੀ ਰੇਟ ਹੈਗੀ ਆ? ਉਹ ਹੱਸਣ ਲੱਗ ਗਿਆ MLA ਸਾਹਿਬ, ਮੈਂ ਕਿਹਾ ਨਹੀਂ ਯਾਰ ਵੀ ਇੱਟ ਦੱਸ, ਕਹਿੰਦਾ ਮੈਂ ਕਿਹਾ ਵੀ ਉਹਨਾਂ ਲਈ ਬਹੁਤ ਵੱਡੀ ਗੱਲ ਹੈ ਕਿ MLA ਗੱਲ ਪੁੱਛ ਰਿਹਾ। ਮੈਂ ਕਿਹਾ ਨਹੀਂ ਯਾਰ ਮੈਂ ਪੇਮੈਂਟ ਦੇ ਕੇ ਜੀ, ਨਹੀਂ ਨਹੀਂ, ਕਹਿੰਦਾ ਮਤਲਬ ਹੁਕਮ ਕਰੋ ਆਪਾਂ ਸੁੱਟ ਦਿੰਦੇ। ਮੈਂ ਕਿਹਾ ਨਾ ਵੀ ਜਦੋਂ ਮੇਰੇ ਕੋਲ ਪੈਸੇ ਹੋਣਗੇ, ਜਦੋਂ ਮੇਰੇ ਕੋਲ ਹੋਵੇ ਮੈਂ ਉਦੋਂ ਕਰੂੰਗਾ ਯਾਰ, ਮੈਂ ਤੂੰ ਆ ਕੰਮ ਨਹੀਂ ਹੋਣਾ। ਉਹਨਾਂ ਨੂੰ ਅਜੀਬ ਲੱਗੀ ਗੱਲ। ਨਹੀਂ ਇਹਦੇ ਵਿੱਚ ਤਾਂ ਕਲੀਅਰ ਕੱਟ ਆ ਨਾ, ਜੇ ਅੱਜ ਤੁਸੀਂ ਉਹਨਾਂ ਤੋਂ ਬੈਨੀਫਿਟ ਲੈਂਦੇ ਆ, ਕੱਲ ਉਹਨਾਂ ਨੂੰ ਵੀ ਬੈਨੀਫਿਟ ਦੇਣਾ ਪੈਣਾ, ਤੇ ਉਹ ਫਿਰ ਉਹ ਜਾਇਜ਼ ਨਾਜਾਇਜ਼ ਤੁਹਾਨੂੰ ਆਪ ਦੇਖਣਾ ਪੈਣਾ। ਅਸੀਂ ਇਸੇ ਕਰਕੇ ਜੇ ਮੈਂ ਫਿਰ ਇਹ ਨਾ ਇਹ ਇਦਾਂ ਦਾ ਫੀਲ ਹੈਗਾ ਭੂਗੋਲ ਸਾਹਿਬ, ਇਹਦੇ 'ਚ ਤੁਹਾਨੂੰ ਪਰਮਾਤਮਾ ਨੇ ਆਪਣਾ ਰੂਪ ਦੇ ਕੇ ਭੇਜਤਾ, ਪਰਮਾਤਮਾ ਦਾ ਰੂਪ ਦਿੱਤਾ। ਮੰਨ ਲਓ ਸਾਡੇ ਕੋਲ ਪੈਨ ਆ, ਹਰਾ ਪੈਨ, ਠੀਕ ਆ, ਇਹ ਲੋਕਾਂ ਨੇ ਦਿੱਤਾ, ਇਹਦੇ 'ਚ ਇੰਨੀ ਤਾਕਤ ਹੋ ਜਾਂਦੀ ਆ, ਤੁਹਾਡਾ ਲਿਖੀ ਹੋਈ ਗੱਲ ਕਾਨੂੰਨ ਬਣ ਜਾਂਦੀ ਹੈ, ਤੁਹਾਡੇ ਵੱਲੋਂ ਬੋਲੀ ਹੋਈ ਗੱਲ ਵਿਧਾਨ ਸਭਾ 'ਚ ਕਾਨੂੰਨ ਬਣ ਜਾਂਦੀ ਹੈ। ਇਹਦਾ ਮਤਲਬ ਪਰਮਾਤਮਾ ਨੇ ਤੁਹਾਨੂੰ ਆਪਣਾ ਰੂਪ ਦੇ ਕੇ ਭੇਜਿਆ ਨਾ। ਅਸੀਂ ਹੀ ਅੱਗੇ ਕਰਪਟ ਹੋ ਜਾਂਦੇ ਹਾਂ, ਚੋਰ ਹੋ ਜਾਂਦੇ ਹਾਂ ਲੀਡਰ ਜਾ ਕੇ ਅੱਗੇ ਜਿਹੜੇ ਸਿਸਟਮ 'ਚ ਬਣਦੇ ਰਹੇ, ਪਰ ਉਹ ਚੀਜ਼ਾਂ ਨੂੰ ਤੁਹਾਨੂੰ ਸੋਚਣਾ ਪਊਗਾ। ਮੈਂ ਹਮੇਸ਼ਾ ਇਹ ਸੋਚਦਾ ਜੇ ਆਪਣਾ ਮਾਨ ਸਾਹਿਬ ਹਮੇਸ਼ਾ ਮੈਨੂੰ ਕਹਾਵਤ ਤਾਂ ਬੋਲਣੀ ਨਹੀਂ ਹੁੰਦੀ, ਉਹ ਸੁਣਾਉਂਦੇ ਹੁੰਦੇ ਨੇ ਕਿ ਜੇ ਵਪਾਰ ਕਰਦੇ ਬਾਬਾ ਨਾਨਕ ਤਾਂ ਉਹ ਵੀ ਹੱਟੀ ਪਾ ਲੈਂਦੇ, ਮਤਲਬ ਇੱਦਾਂ ਪਾ ਲੈਂਦੇ, ਉਹ ਹਾਂ ਅਕਸਰ ਸੁਣਾਉਂਦੇ ਆ ਮਾਨ ਸਾਹਿਬ ਦੀ। ਮੈਨੂੰ ਮੇਰੇ ਮਨ 'ਚ ਹਮੇਸ਼ਾ ਗੱਲ ਵੀ ਯਾਰ ਜੇ ਉਹਨਾਂ ਨੇ ਕੀਤਾ ਹੁੰਦਾ ਆਪਾਂ ਹੁੰਦੇ ਹੀ ਨਾ, ਫਿਰ ਤਾਂ ਪਹਿਲਾਂ ਵਾਲਾ ਇਹ ਸਿਸਟਮ ਚੱਲਦਾ ਸੀਗਾ। ਸੋ ਤੁਹਾਨੂੰ ਕੁਛ ਉਹ ਜਨਰੇਸ਼ਨ ਹੁੰਦੀ ਹੈ, ਮੈਂ ਉਸ ਜਨਰੇਸ਼ਨ ਦੇ ਵਿੱਚੋਂ ਹਾਂ ਜੇ ਵੀ ਸਾਨੂੰ ਅਲੱਗ ਕਰਨਾ ਪੈਣਾ, ਸਾਨੂੰ ਸਬਰ ਰੱਖ ਕੇ ਸਾਨੂੰ ਪਰਮਾਤਮਾ ਦਾ ਓਟ ਆਸਰਾ ਲੈ ਕੇ ਜਿਵੇਂ ਦੇਸ਼ ਦੀ ਆਜ਼ਾਦੀ ਲਈ ਲੋਕ ਲੜ, ਸਾਨੂੰ ਉੱਦਾਂ ਲੜਨਾ ਪੈਣਾ। ਸੋ ਕੋਈ ਗੱਲ ਨਹੀਂ, ਪਰਮਾਤਮਾ ਸਾਰਾ ਸਹੀ ਕਰੂਗਾ। ਮੈਨੂੰ ਪੂਰੀ ਉਮੀਦ ਆ ਗੁਰੂ ਮਹਾਰਾਜ 'ਤੇ ਕਿ ਜਿਹੜੇ ਕੰਮ ਉਹਨਾਂ ਨੇ ਲਾਇਆ ਉਹ ਕੰਮ ਅਸੀਂ ਪੂਰਾ ਜਿਹੜਾ ਨਿਭਾਵਾਂਗੇ। ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਇਮਾਨਦਾਰੀ ਨਾਲ 5 ਸਾਲ ਵੀ ਕੰਮ ਕਰ ਲਓ ਨਾ, ਇਮਾਨਦਾਰੀ ਨਾਲ ਟਕਾ ਕੇ, ਤਾਂ ਅਗਲੇ 50 ਸਾਲ ਕੰਮ ਕਰਨ ਦੀ ਲੋੜ ਨਹੀਂ ਪਊ, ਕਿਉਂਕਿ ਗ੍ਰਾਂਟਸ ਜਿਹੜੀਆਂ ਨੇ ਲੱਗ ਜਾਂਦੀਆਂ ਨੇ ਪ੍ਰੋਪਰ। ਅੱਜ ਤੁਸੀਂ ਕੱਲ੍ਹ ਪਰਸੋਂ ਦੇਖ ਰਹੇ ਸੀਗੇ ਮੀਡੀਆ 'ਚ ਕਿੰਨਾ ਚੱਲ ਰਿਹਾ ਸੀਗਾ, 400 ਰੁਪਏ ਦੀ ਕਿੱਟ ਆਈ ਹੋਈ ਹੈ, 3500 ਰੁਪਏ ਦਾ ਇੱਕ ਥੈਲਾ, ਮਤਲਬ ਉਹ 'ਚ ਸਾਰਾ ਸਿਸਟਮ ਹੀ ਖਰਾਬ ਸੀ ਨਾ।
सरपंच तो लै के बी डी पी ओ तो लैके जिन्होंने यूसियां की अफसर ने हूँ कल बंदा तो एड्डी चोरी कर नहीं सकता। सो ये सारा सिस्टम ही इदा का सूनू थोड़ा सुधारण के लिए पहला तो थोड़ा अपना आप सही करना पेगा, अपने आप में थोड़ा कमिटमेंट करनी पेगी, जी सैल्फ कमिटमेंट आमेशा हूँ आप बैठे हाँ आप गलबात की अगर सैल्फ कमिटड हो ना अपने आप ना एक कमिटमेंट करते हो कि मैं यार इदा नहीं तो दुनिया की ताकत थोड़ू तो हिला नहीं सकती, परमात्मा थोड़े नाल रहिंदा। क्योंकि मैं देखिया जदों असी पॉलिटिक्स का दौर शुरू किया जो मैं कईयों नूं कहना कि यार जे किसी ने कहना भी तू इदा मैं यार MLA बन कहिंदा यार हद करदा तू यार किदां दा बंदा मजाक भी छड्ड यार मैं कहा यार बनना है मैं यार मैं अरदास करके आया। मेरे फादर मैनूं कहिंदे इक दिन पुछदे सी इलैक्शन तो पहला कहिंदे किवें होऊगा सोर्स माही मैं गया सी पूरा साहब अरदास कर रहा तुसीं भी करियो बस अपने को तो होर कोई जैक नहीं मैं कोई मेरे को नहीं भी मैं हाँ मैं अरविंद केजरीवाल जी का मान जो साढ़े सुप्रीमो ने अरविंद केजरीवाल जी तो भगवंत मान जी का तो सारी टीम का मैं धन्यवाद करना कि उन्होंने एक इदा के मुंडे को टिकट दी इदा के नौजवान टिकट दी पता सी मैं उन्होंने दस दिता सी मेरी आदत नहीं सच्ची मैं तुम आप मिलते रहने मेरी आदत नहीं मैं जिन्ना क है मेरे को मैं दस दिना भी मैं इन्ने के जुगा ही आ कुछ मैं हाँ यही मैं जरूर दसा भी मैं लॉयल्टी मेरी कोई कमी नहीं होगी मेरी ईमानदारी कोई कमी नहीं होगी मैं लोगों लिए कम कर कोई कमी नहीं छकूंगा। तुम्हें देखा होगा मेरे हल्के मैं ग्राउंड्स का काम शुरू किया मैंने पता मैं स्पोर्ट्समैन रहा जे आप ये चीज़ा ले लेंगे तो बच्चों का ध्यान उतर ले वैसे भी पिंड जी हम जो क्योंकि तुम एक हल्के कला अपना पिंड नहीं बहुत सारे पिंड देखने पैने ने तो तुम यह भी होंगे कि कितने कितने असं ग्राउंड दे सकते तो जो तीन चार पिंड के लोग उत्थे आ खेड सकन बच्चे तो सारिया चीज़ा देखनिया पैदा तो मुड़ दी जरूरत भी की होंगे ने कि उन्होंने रुजगार मिल जाए खेडों लिए थां हो स्पोर्ट्स का समान मिल जाए बेसिक जीयां लोड़ां होंदियां ने पर नाल दी नाल जदों लोगों की एक जिहड़ी भावना जुड़ जांदी तुहाडे नाल उन्हां नूं इह बहुत हुंदा कि MLA साहब आउणगे कुछ दे के जाणगे कोई प्रोग्राम हुंदा तां उह सारी चीज़ां भी टैकल करनियां पैंदियां लगदा कि उह भी इमानदार बंदे लई खास करके औखा हुंदा होगा कि तुसीं एक अपनी इमेज बना लैंदे हो मैं मेरे हल्के के लोगों का धन्यवाद करता मैं इमेज उन्होंने पता कि मैं उन्होंने कह देना कम जो मर्जी दस दौ भी आह कम इतों क्योंकि मैं इन्ना नहीं अफोर्ड कर सकता मान लो तुम इन चीज़ों पै गए पहला लीडर करते ही रहे हैं मतलब मैं उन्होंने कहना थोड़ा इंफ्रास्ट्रक्चर बना के दो थोड़ा ग्राउंड बना के दो थोड़ा किट्स प्रोवाइड कराऊंगा वो मेरी कम आ वो मेरा कम है। सो आ चीज़ा मतलब देने मतलब जिम्मे जाके दे आने मेरे तो हों नहीं तो बहुत औखा कम है देख ले बाकी चलो आप देख ही रीसेंट गल कर देने सो जो कम सही कर भूगोल साहब सानू इन्ना यूथ न इस पासे नूं बाहर नूं तुरन दी लोड़ ना पैंदी। पंजाब दे बारे आपां होर भी बहुत सारियां गल्लां करियां पर मैनूं लगदा कि थोड़ी जी परिवार दी गल कर लईए परिवार दे विच कौन कौन हैगा तुहाडे परिवार मेरे फादर साहब हैगे ने मेरे माता जी ने दादा जी होरी ने मेरे हैगे ने ते मेरियां सिस्टर तीन सिस्टर इक पिछे एक्सपायर हो गए सी करोना दे विच सो टीचर सी ओह वी मेरे वाइफ आ दो मेरे बच्चे ने चाचे ताए असीं सारे मतलब साडा सारा सारे मेरे मैनूं मैं इस ऑन रिकॉर्ड कैमरे च कह रहा कि मेरे परिवार का मैनू बहुत सहयोग आ मेरे चाचे ताए मेरे भैन भाई जिहड़े चाचे ताए दे बच्चे ने मतलब मान लो मेरी हमेशा ही सपोर्ट करते रहे भी वीरे जिवें तुसीं कहो मैं यही क्योंकि अक्सर यह हुंदा ना कि सियासतदान बनना तो उहदे विच परिवार का बहुत वड्डा रोल हुंदा क्योंकि जदों असीं सियासतदान बन जांदे साडी पब्लिक लाइफ ज़्यादा हो जाती है परसनल लाइफ दे नालों क्योंकि लोगों को बहुत समा देना पैंदा लगता कि वह बैलेंस करना भी बड़ा एक चुनौती पर चुनौती वाला काम रहिंदा क्योंकि परिवार को भी समा देना हुंदा नाल नाल लोगों को लोग क्योंकि वह एक तुहाडा वड्डा परिवार बन गया हुंदा उन्होंने दे विच भी समा देना तो यह बैलेंस किदां करना औखा लगता कि सारे परिवार जो तुम सारे हल्के परिवार अपना मान लें मैं तुम दस रहा मेरे चाचे ताए मेरे डैडी उन्हें पांच भरा ने उदो डैडी के ताया जी के चार भरा ने मतलब असं सारे चाचे ताया के बच्चे अगे आपस के मतलब अज भी लोग साढ़े पिंड देखते हैं यार आपस कि मतलब कारण की है क्योंकि मैं बच्चों बच्चों की तरह ट्रीट करना जो वे ने उन्होंने व्डे तरह सत्कार देना कोई चाचा ताया कोई पिंड च भी है कोई मेरे ना माड़ा मोटा किसी की हैगी भी मैं उसे भी गोडी हथ ला के चाचा ठीक है हो चाचा की हाल चाल है अंकल की हाल बस मेरी ये सुझा हाँ जो कहने बैलेंस की गल है क्योंकि हाँ ये औखा जरूर होंगे
ਪਰ ਜਿਹਨੇ ਤੁਹਾਨੂੰ ਜਿਹੜੀ ਡਿਊਟੀ ਲਾਇਆ ਹੁੰਦਾ ਉਸ ਪਰਮਾਤਮਾ ਨੇ ਉਹ ਆਪਣੇ ਆਪ ਹੀ ਉਸ ਪਾਸੇ ਦਿੰਦਾ। ਮੇਰੇ ਪਰਿਵਾਰ ਦਾ ਬਹੁਤ ਵੱਡਾ ਸਾਥ ਆ, ਮੇਰੇ ਦੋਸਤਾਂ ਦਾ ਬਹੁਤ ਵੱਡਾ ਸਾਥ ਆ। ਤੁਸੀਂ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ, ਮੈਂ ਇੱਕ ਇੱਦਾਂ ਦਾ ਵਾਹਤ ਬੰਦਾ ਆਊਂਗਾ ਜਿਹਦੇ ਨਰਸਰੀ ਕਲਾਸ 'ਚ ਪੜ੍ਹੇ ਹੋਏ ਦੋਸਤ ਅੱਜ ਵੀ ਦੋਸਤ ਹੈਗੇ ਨੇ ਅਤੇ ਉਹ ਮੇਰੇ ਨਾਲ ਕੰਪੇਨ 'ਚ ਵੀ ਆਏ। ਲੋਕ ਹੈਰਾਨ ਹੁੰਦੇ ਸੀ ਦੇਖ ਕੇ, ਉਹ ਮੈਂ ਕਦੇ ਕਿਸੇ ਨਾਲ ਬੋਲਣਾ ਬੁਲਾਉਣਾ ਨਹੀਂ ਛੱਡਦਾ, ਜੇ ਕਿਸੇ ਨਾਲ ਹੈਗੀ ਵੀ ਆ ਸਾਲ ਦੋ ਸਾਲ ਇੱਧਰ ਉੱਧਰ, ਮੈਂ ਆਪ ਹੀ ਬੁਲਾ ਬੁਲੂ ਲੈਂਦਾ ਜਾ ਗਿਆ ਵੀ ਛੱਡ ਯਾਰ ਕੋਈ ਗੱਲ ਨਹੀਂ, ਕੋਈ ਮੇਰੇ ਤੋਂ ਗਲਤੀ ਹੋਊਗੀ। ਸੋ ਬੜਾ ਔਖਾ ਸਿਸਟਮ ਮਿਲਦਾ ਦੋਸਤ ਜਿਹੜਾ ਮਿਲਦਾ ਮੈਨੂੰ, ਮੇਰੇ ਦੋਸਤਾਂ ਦੇ ਪਰਿਵਾਰ ਦਾ ਮੇਰੇ 'ਤੇ ਬਹੁਤ ਵੱਡਾ ਸਹਿਯੋਗ ਹੈਗਾ ਜਿਹੜਾ, ਜਿਹਦੇ ਕਰਕੇ ਮੈਂ ਜਿੱਥੇ ਹੈਗਾ ਉਹਦੇ ਨਾਲ ਮੇਰੇ ਹਲਕੇ 'ਚ ਮੇਰੇ ਦੋਸਤ ਬਹੁਤ ਨੇ, ਅਸੀਂ ਇਕੱਠੇ ਪੜ੍ਹੇ ਹੋਏ ਹਾਂ। ਮੈਂ ਕਦੇ ਵੀ ਕਿਸੇ ਨਾਲ ਐਜ਼ ਆ ਪੋਲੀਟੀਸ਼ੀਅਨ ਬਹੁਤ ਘੱਟ ਵਰਤਦਾ ਹੈਗਾ, ਹਾਂ ਓਪੋਜੀਸ਼ਨ ਵਾਲਾ ਜ਼ਰੂਰ ਵਰਤਦਾ, ਉਹਨਾਂ ਨੂੰ ਪਤਾ ਹੈ ਇਹ ਵੀ ਮੇਰੇ ਜਿਹੜੇ ਮੇਰੇ ਮਿੱਤਰ ਦੋਸਤ ਨੇ ਜਾਂ ਮੇਰੀ ਪਾਰਟੀ ਦੇ ਆ, ਉਹਨੇ ਪਾਰਟੀ ਦੇ ਜਿਹੜੇ ਓਪੋਜੀਸ਼ਨ 'ਚ ਗਲਤ ਕੰਮ ਕਰਦੇ ਮੈਨੂੰ ਉਹ ਉਹਨਾਂ ਨਾਲ ਮੈਨੂੰ ਜ਼ਰੂਰ ਨਫ਼ਰਤ ਰਹਿੰਦੀ, ਨਫ਼ਰਤ ਬਰਡ ਯੂਜ਼ ਕਰਦਾ, ਕਿਉਂਕਿ ਮੈਨੂੰ ਇਹ ਲੱਗਦਾ ਗਲਤ ਕੰਮ ਨਾ ਕਰੋ, ਲੋਕਾਂ ਨੂੰ ਗੁੰਮਰਾਹ ਨਾ ਕਰੋ, ਲੋਕਾਂ ਕਰਕੇ ਤੁਸੀਂ ਜਿੱਥੇ ਸੀਗੇ। ਸੋ ਮੈਨੂੰ ਉਹ ਚੀਜ਼ਾਂ ਕੰਮ ਜਿਹੜੀ ਕਿਹੜਾਉਣਾ ਇਹ ਮੈਨੂੰ ਚੰਗਾ ਨਹੀਂ ਲੱਗਦਾ। ਮੈਂ ਕਹਿੰਦਾ ਕੋਈ ਕੰਮ ਕਰੇ ਤੁਸੀਂ ਕਰੋ, ਮੈਂ ਕਰਾਂ, ਲੋਕਾਂ ਦਾ ਕੰਮ ਹੋਣਾ ਚਾਹੀਦਾ। ਸੋ ਇਸ ਕਰਕੇ ਇਹ ਚੀਜ਼ਾਂ ਮੈਨੂੰ ਪਰਿਵਾਰ 'ਚੋਂ ਸਿੱਖਣ ਨੂੰ ਮਿਲੀਆਂ, ਮੇਰੀ ਮਾਤਾ ਜੀ ਨੇ ਮੈਨੂੰ ਹਮੇਸ਼ਾ ਇਹ ਗੱਲ ਸਮਝਾਈ, ਮੇਰੇ ਫਾਦਰ ਸਾਹਿਬ ਨੇ ਮੈਨੂੰ ਇਹ ਗੱਲ, ਮੈਂ ਤੁਹਾਨੂੰ ਅੱਜ ਵੀ ਕਹਿੰਦਾ ਵੀ ਅੱਜ ਵੀ ਮੇਰੇ ਫਾਦਰ ਸਾਹਿਬ ਯਾਰ ਬੇਈਮਾਨਾ ਜਿਹਾ ਨਹੀਂ ਹੋਣਾ, ਦੱਸੋ ਤੁਸੀਂ ਕੀ ਕਰੋ। ਮੇਰੇ ਦਾਦਾ ਜੀ ਮੈਨੂੰ ਕਹਿੰਦੇ ਕੋਈ ਗੱਲ ਨੀ ਪੁੱਤ, ਪਰਮਾਤਮਾ ਇੱਥੇ ਤੱਕ। ਤੁਸੀਂ ਥੋੜਾ ਜਿਹਾ ਜ਼ਿਕਰ ਕੀਤਾ ਸੀ ਇੱਕ ਵਿੱਚ, ਮੈਂ ਉਹ ਗੱਲ ਪੁੱਛਦਾ ਚਲਾਂ, ਲੋਕੀ ਟਿੱਚਰਾਂ ਕਰਦੇ ਸੀਗੇ ਕਿ ਫੌਜੀ ਦਾ ਮੁੰਡਾ ਵੀ ਹੁਣ MLA ਬਣੂਗਾ। ਬਿਲਕੁਲ ਜੀ, ਉਹ ਮੇਰੇ ਫਾਦਰ ਸਾਹਿਬ ਨੂੰ ਵੀ ਇਹ ਗੱਲ ਬੋਲਦੇ ਸੀ ਜਾ ਕੇ, ਅਤੇ ਕਿ ਯਾਰ ਇਹਨੂੰ ਕਿਹੜੇ ਪਾਸੇ ਲਾਇਆ। ਉਹ ਕਹਿੰਦੇ ਡੈਡੀ ਕਹਿੰਦੇ ਵੀ ਪੋਲੀਟਿਕਸ ਕਰਦਾ, ਕਹਿੰਦੇ ਉਹ ਤਾਂ ਪੋਲੀਟਿਕਸ ਤਾਂ ਹੋ ਰਿਹਾ, ਕੰਮ ਕੀ ਕਰਦਾ। ਉਹ ਕਹਿੰਦੇ ਵੀ ਕੰਮ ਇਹ ਕਰ, ਕਹਿੰਦੇ ਨਹੀਂ ਕੰਮ ਕੀ ਕਰਦਾ, ਕਹਿੰਦੇ ਕੰਮ ਵੀ ਬਸ ਆ ਮੇਰੇ ਨਾਲ। ਅਸੀਂ ਛੋਟਾ ਜਿਹਾ ਇੱਕ ਜਦੋਂ 1989 'ਚ ਫਾਦਰ 8 'ਚ ਰਿਟਾਇਰ ਹੋ ਕੇ 1999 'ਚ ਅਸੀਂ ਟੈਂਟ ਹਾਊਸ ਦਾ ਕੰਮ ਕੀਤਾ, ਮੈਂ ਫਾਦਰ ਸਾਹਿਬ ਨਾਲ ਉਹ ਕੰਮ ਕਰਦਾ ਰਿਹਾ, ਕੇਟਰਿੰਗ ਦਾ ਕੰਮ ਮੈਂ ਫਾਦਰ ਸਾਹਿਬ ਨਾਲ ਕੀ ਕਰਦਾ ਰਿਹਾ, ਅਤੇ ਅੱਜ ਵੀ ਸਾਡੀ ਉਹ ਦੁਕਾਨ ਜਿਹੜੀ ਉਹ ਚੱਲਦੀ, ਮੇਰੇ ਚਾਚਾ ਜੀ ਦਾ ਬੇਟਾ ਬੈਠਦਾ ਹੈਗਾ, ਮੈਂ ਉਹਨੂੰ ਉੱਦਾਂ ਹੀ ਰੱਖਿਆ ਹੋਇਆ, ਮੈਂ ਜਾਂਦਾ ਉੱਥੇ ਅੱਜ ਵੀ ਉੱਦਾਂ ਹੀ ਜਾ ਕੇ ਮੱਥਾ ਟੇਕ ਕੇ ਉੱਦਾਂ ਹੀ ਕਰਦਾ ਕੰਮ, ਬਹਿੰਦਾ ਹੈ, ਕਿਉਂਕਿ ਮੈਨੂੰ ਉੱਥੇ ਜਾ ਕੇ ਪਤਾ ਲੱਗਦਾ ਕਿ ਮੈਂ ਸਟਰਗ ਕਿੱਥੋਂ ਉੱਠ ਗਿਆ। ਸੋ ਫਾਦਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਮੈਂ ਉਹਨੂੰ ਕਰਵਾ ਰਿਹਾ, ਨਾਲ ਉਹ ਕਰ ਰਿਹਾ, ਆਪ ਹੀ ਉਹਨੇ ਕਰ ਲੈਣਾ, ਕੋਈ ਗੱਲ ਨਹੀਂ। ਕਹਿੰਦੇ ਸਾਨੂੰ ਇਸ ਗੱਲ ਦੀ ਉਮੀਦ ਮੇਰੇ ਫਾਦਰ ਸਾਹਿਬ ਨੂੰ ਹਮੇਸ਼ਾ ਰਹੀ ਆ, ਹਮੇਸ਼ਾ ਉਹ ਇਸ ਗੱਲ ਦਾ ਭਰੋਸਾ ਮੇਰੇ ਪਰਿਵਾਰ ਨੇ, ਮੇਰੇ ਫਾਦਰ ਨੇ ਮੇਰੇ 'ਤੇ ਜਿਤਾਇਆ ਕਿ ਮੈਂ ਗਲਤ ਨਹੀਂ ਕਰਦਾ, ਗਲਤ ਮੈਂ ਹਮੇਸ਼ਾ ਡਿਸਕਸ ਕਰਦਾ। ਮੇਰੇ ਜਦੋਂ ਕਹਿੰਦੇ ਤੁਹਾਡਾ ਬੈਸਟ ਫਰੈਂਡ ਕੌਣ ਆ, ਮੇਰੇ ਫਾਦਰ ਇਜ਼ ਮਾਈ ਬੈਸਟ ਫਰੈਂਡ, ਮੇਰੇ ਸਭ ਨੂੰ ਪਤਾ, ਮੇਰੇ ਪਰਿਵਾਰ ਨੂੰ ਪਤਾ, ਮੈਂ ਬੈਠ ਕੇ ਉਹਨਾਂ ਨਾਲ ਗੱਲ ਕਰਦਾ ਹਮੇਸ਼ਾ, ਮੇਰੇ ਜੋ ਮੈਂ ਕਰਦਾ ਸਾਰਾ ਉਹਨਾਂ ਨੂੰ ਪਤਾ ਹੁੰਦਾ। ਮੈਂ ਦੱਸਦਾ ਰਾਤ ਨੂੰ ਜੇ ਫੋਨ 'ਤੇ ਅਸੀਂ ਗੱਲ ਕਰ ਲਈਏ, ਜੇ ਨਾ ਮਿਲ ਹੋ ਗਏ ਜਾਂ ਮੰਨ ਲਓ ਅਸੀਂ ਬੈਠ ਲਈਏ ਘੰਟਾ ਘੰਟਾ ਅੱਧਾ ਘੰਟਾ। ਸੋ ਉਹਦੇ ਨਾਲ ਕੀ ਆ, ਤੁਸੀਂ ਜਦੋਂ ਤੁਹਾਡੇ ਫਾਦਰ ਤੁਹਾਡੇ ਨਾਲ ਬੈਸਟ ਫਰੈਂਡ ਬਣ ਜਾਂਦੇ ਨੇ, ਫਿਰ ਤੁਹਾਨੂੰ ਦਿੱਕਤ ਨਹੀਂ ਰਹਿੰਦੀ, ਕਿਉਂਕਿ ਉਹਨੇ ਤੁਹਾਨੂੰ ਕਦੇ ਗਲਤ ਰਾਹ ਨਹੀਂ ਪਾਉਣਾ। ਇੱਕ ਪਿਓ ਹੁੰਦਾ ਜਿਹੜਾ ਕਹਿੰਦਾ ਮੇਰਾ ਪੁੱਤ ਮੇਰੇ ਤੋਂ ਵਿਕੇ ਜਾਓ, ਉਹੀ ਗੱਲ ਜਿਵੇਂ ਤੁਸੀਂ ਕਹੇ ਟੀਚਰਾਂ ਨਹੀਂ ਮਜ਼ਾਕਾਂ ਵਾਲੀ, ਲੈ ਇਹ ਵੀ ਨਹੀਂ ਬਣਨਾ ਮੇਰੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਗਜ਼ਾਮਪਲ ਦਿੰਦਾ, ਅਤੇ ਮੈਂ ਸ਼ੌਂਕ ਹੁੰਦਾ ਸ਼ੁਰੂ ਸ਼ੁਰੂ 'ਚ ਜਦੋਂ ਸ਼ੁਰੂ ਕੀਤਾ 10-11-12 ਹਾਂ 8-9 'ਚ ਸ਼ੁਰੂ ਕਰ ਲਿਆ ਸੀ ਮੈਂ ਯਾਰ, ਉਹ ਮੈਂ ਬਾਅਦ ਬੜੇ ਲੰਮੇ ਕੁੜਤੇ ਪਾਉਂਦਾ, ਬੜਾ ਇਹਦਾ ਕੁੜਤਿਆਂ ਦਾ ਹਾਲ ਹੈਗਾ, ਅਤੇ ਕੋਈ ਲੀਡਰਾਂ ਨੇ ਵੀ ਕਿਹਾ ਵੀ ਲੈ ਕੇ ਅਤੇ ਕੁੜਤੇ ਚਿੱਟੇ ਪਾ ਕੇ MLA ਥੋੜ੍ਹੀ ਬਣਦਾ। ਸੋ ਮੈਨੂੰ ਇਹ ਨਹੀਂ ਸੀ ਵੀ ਮੈਂ ਕੋਈ ਕਿਸੇ ਨੂੰ ਦਿਖਾਉਣ ਲਈ ਕਰਿਆ, ਥੱਲੇ ਲਾਉਣ ਲਈ ਕਰਿਆ, ਮੈਂ ਸਿਰਫ ਉਹ ਮੈਨੂੰ ਕਹਿੰਦੇ, ਜੇ ਮੈਨੂੰ ਕਿਸੇ ਨੇ ਮਾੜਾ ਕਹਿ ਦਿੱਤਾ ਨਾ ਮੈਂ ਉਹਨੂੰ ਰਿਵਰਟ ਨਹੀਂ ਕਰਦਾ, ਮੈਂ ਜਾ ਕੇ ਸੱਚੀ ਗੁਰੂ ਮਹਾਰਾਜ ਕੇ ਅਰਦਾਸ ਕਰ ਦਾਂਗਾ ਬਾਈ ਠੀਕ ਆ, ਉਹਦੀ ਸਮਝ ਇੱਦਾਂ ਦੀ ਹੋ ਸਕਦੀ ਆ ਪਰ ਭਲਾ ਕਰੀ, ਮੈਂ ਆਪਾਂ ਆਪਣਾ ਕੰਮ 'ਤੇ ਲੱਗੇ ਰਹੀ, ਬਸ ਮੇਰੀ ਇਹ ਸੋਚ ਰਹੀ, ਮੈਂ ਹਮੇਸ਼ਾ ਪੋਜ਼ੀਟਿਵ ਰਹਿੰਦਾ ਮੇਰੇ 'ਚ। ਮੈਂ ਨੋਟ ਕਰਿਓ, ਆਪਾਂ ਹੁਣ ਮਿਲਦੇ ਵੀ ਹਾਂ ਅੱਗੇ ਵੀ, ਤੁਹਾਨੂੰ ਮੈਂ ਕਦੇ ਨੈਗੇਟਿਵ ਗੱਲ ਨਹੀਂ ਕਰਦਾ ਕਿਸੇ ਬਾਰੇ ਵੀ ਨਹੀਂ, ਮੇਰੇ ਸੁਭਾਅ 'ਚ ਹੀ ਨਹੀਂ ਗਾ। ਮੈਂ ਕਹਿੰਦਾ ਯਾਰ ਉਹ ਆਪਣੇ ਕੰਮ ਲੱਗਿਆ, ਪਰਮਾਤਮਾ ਨੇ ਜਿੰਨਾ ਕੁ ਉਹਨੂੰ ਬੁੱਧੀ ਦਿੱਤੀ, ਆਪਾਂ ਨੂੰ ਪਰਮਾਤਮਾ ਨੇ ਜਿਹੜੀ ਤੇ ਆਪਾਂ ਆਪਣੇ ਕੰਮ ਲੱਗਿਆ ਹੈ, ਲੋਕ ਰੱਬ ਦਾ ਰੂਪ ਨੇ, ਰਿਜ਼ਲਟ ਉਹਨਾਂ ਨੇ ਕੱਢਣਾ, ਉਹਨਾਂ ਨੂੰ ਸਹੀ ਲੱਗਦਾ ਹੋਊਗਾ ਠੀਕ ਆ, ਉਹਨੂੰ ਨਹੀਂ ਸਹੀ ਲੱਗਦਾ ਨਾ ਸਹੀ, ਇਹ ਕੋਈ ਉਹ ਤਾਂ ਹੈ ਨਹੀਂ ਵੀ ਤੁਸੀਂ। ਮੈਂ ਇਹ ਵੀ ਇਸ ਗੱਲ ਨੂੰ ਮੰਨਦਾ ਹੁੰਦਾ ਕਿ ਕੋਈ ਪਿਤਾ ਪੁਰਖੀ ਕੰਮ ਨਹੀਂ ਦਿਓ, ਜਿਵੇਂ ਪਹਿਲਾਂ ਕਹਿੰਦੇ ਸੀ ਕਿ ਫਲਾਣੇ ਦੀ ਜੱਦੀ ਸੀਟ ਆ, ਜੱਦੀ ਕੀ ਹੁੰਦਾ ਯਾਰ, ਪੋਲਿਟਿਕਸ ਰਾਜਨੀਤੀ ਜੱਦੀ ਕੀ ਹੁੰਦਾ, ਇਹ ਕਿਤੇ ਗਾਹਾਂ ਰਾਜਾਸ਼ਾਹੀ ਥੋੜ੍ਹਾ ਹੈਗੀ ਆ, ਇੱਥੇ ਤਾਂ ਲੋਕ ਜੱਦੀ ਨੇ, ਲੋਕਤੰਤਰ ਆ, ਵੋਟ ਹੈ। ਗੁਰੂ ਮਹਾਰਾਜ ਨੇ ਜਦੋਂ ਉਹਨਾਂ ਦੇ ਮਨ 'ਚ ਪਾਉਣਾ, ਉਹਨਾਂ ਨੇ ਤੁਹਾਨੂੰ ਤਿਲਾ ਨੇ ਜਦੋਂ ਲੱਗਿਆ ਵੀ ਤੁਸੀਂ ਸਹੀ ਨਹੀਂ ਕਰਦੇ, ਉਹਨਾਂ ਨੇ ਤੁਹਾਨੂੰ ਥੱਲੇ ਲਾ, ਇੰਨੀ ਕੀ ਖੇਡ ਦੇਖੀ ਨੇ ਆਪਾਂ ਚੰਗੇ ਚੰਗੇ ਬੰਦੇ। ਸੋ ਮੈਨੂੰ ਮੈਂ ਹਮੇਸ਼ਾ ਪੋਜ਼ੀਟਿਵ ਕਿਤਾਬਾਂ ਪੜ੍ਹਦਾ, ਬਹੁਤ ਮੇਰੇ ਇੱਦਾਂ ਦੀ ਬੁੱਕਸ ਨੇ ਜਿਹੜੀਆਂ ਤੁਸੀਂ ਕਈ ਵਾਰ ਮੈਨੂੰ ਪੁੱਛਣ ਲੱਗਾ ਸੀ ਸ਼ੌਂਕ ਕੀ ਹੈਗੇ, ਤੁਸੀਂ ਉਹ ਜ਼ਿਕਰ ਸ਼ੁਰੂ ਕਰਤਾ ਕਿਤਾਬਾਂ ਦਾ ਸ਼ੌਂਕ ਆ ਹੋਰ, ਮੈਨੂੰ ਬਹੁਤ ਸ਼ੌਂਕ ਹੈ। ਮੈਂ ਕਈ ਵਾਰੀ ਜਿਹੜੀ ਮੈਂ ਸੁਣ ਲਈ ਕਿਸੇ ਤੋਂ
ਉਹ ਮੈਂ ਹੁਣ ਪਿੱਛੇ ਜੀ ਮੈਨੂੰ ਉਹਨੇ ਕਿਹਾ ਸੋਸ਼ਲ ਰਿਸਪੋਂਸ ਬੁੱਕਸ ਆ ਰਾਮ ਚੰਦਰ ਗੁਹਾ ਜੀ, ਮੈਂ ਉਹ ਲੈ ਕੇ ਆ ਗਿਆ, ਮੈਂ ਉਹ ਪੜ੍ਹ ਲਈ। ਮਤਲਬ ਮੈਨੂੰ ਮੈਨੂੰ ਤੁਸੀਂ ਦੱਸ ਦਿਓ ਵੀ ਫਲਾਣੀ ਚੀਜ਼ ਆ, ਮੈਂ ਉਹਨੂੰ ਲੈ ਕੇ ਆਉਣਾ, ਕਿਉਂਕਿ ਮੈਨੂੰ ਇਹ ਲੱਗਦਾ ਐਜ਼ ਅ ਪ੍ਰੈਕਟੀਕਲ ਮੈਨ, ਮੈਨੂੰ ਮੈਂ ਬਹੁਤ ਪ੍ਰੈਕਟੀਕਲ ਲਾਈਫ, ਮੈਨੂੰ ਲੱਗਦਾ ਕਿ ਫਿਲੋਸਫੀ ਤੋਂ ਬਾਅਦ ਪ੍ਰੈਕਟੀਕਲ ਸ਼ੁਰੂ ਹੁੰਦਾ। ਪਹਿਲਾਂ ਫਿਲੋਸਫੀ ਹੀ ਸ਼ੁਰੂ ਹੁੰਦੀ ਆ, ਆਪਾਂ ਫਿਲੋਸਫੀਕਲ ਬੰਦੇ ਨੂੰ ਵਧੀਆ ਇੰਨਾ ਮੰਨਦੇ ਵੀ ਯਾਰ ਫਿਲੋਸਫੀਕਲ ਗੱਲਾਂ ਮਾਰੀ ਜਾਂਦਾ, ਬਟ ਉਹ ਕਿਸੇ ਨਾ ਕਿਸੇ ਟਾਈਮ ਅਗਰ ਪ੍ਰੈਕਟੀਕਲ ਹੁੰਦੀਆਂ ਨੇ, ਉਹ ਤਜਰਬਾ ਹੁੰਦਾ ਨਾ ਇੱਕ ਬੰਦੇ ਦਾ। ਗੁਰੂ ਨਾਨਕ ਪਾਤਸ਼ਾਹ ਨੇ ਲੱਖ ਆਕਾਸ਼ਾਂ ਆਕਾਸ਼ ਪਤਾਲਾਂ ਪਤਾਲ ਦੀ ਗੱਲ ਕੀਤੀ ਨਾ, ਇਟਸ ਅ ਫਿਲੋਸਫੀਕਲ ਵੇ, ਉਦੋਂ ਤਾਂ ਕਿਸੇ ਨੇ ਦੇਖਿਆ ਨਹੀਂ ਸੀ। ਅੱਜ ਪ੍ਰੈਕਟੀਕਲ ਹੋ ਰਿਹਾ ਨਾ, ਚੰਦਰਯਾਨ ਫਲਾਣੀ ਜਗ੍ਹਾ ਜਾ ਰਿਹਾ, ਚੰਦਰਯਾਨ ਫਲਾਣੀ ਜਗ੍ਹਾ ਜਾ ਰਿਹਾ, ਅੱਜ ਫਲਾਣੇ ਲੱਭ ਰਹੇ ਹਾਂ। ਪਹਿਲਾਂ ਫਿਲੋਸਫੀ ਸ਼ੁਰੂ ਹੋਈ, ਉਦੋਂ ਲੱਗਦਾ ਸੀ ਯਾਰ ਕਿਹੜੀਆਂ ਗੱਲਾਂ ਨੇ, ਉਹ ਗੱਲ ਆ ਲੱਗਦਾ ਹੋਊਗਾ ਲੋਕਾਂ ਨੂੰ ਜਾਂ ਬਾਅਦ 'ਚ ਵੀ। ਅੱਜ ਉਹਦੀ ਸਟੱਡੀ ਕਰ ਰਹੇ ਨਾ, ਫਿਲੋਸਫੀ ਜਿਹੜੀ ਆ ਇਹ ਸਾਡਾ ਮੂਲ ਹੈਗਾ, ਪਹਿਲਾਂ ਫਿਲੋਸਫੀ ਤੋਂ ਸ਼ੁਰੂ ਹੁੰਦਾ, ਫਿਰ ਉਹਦੀ ਆਪਾਂ ਪ੍ਰੈਕਟੀਕਲ ਸਟੱਡੀ ਕਰਦੇ ਹਾਂ, ਇੱਦਾਂ ਹੀ ਸਾਰੇ ਪਾਸੇ ਚੱਲਦਾ। ਸੋ ਜਦੋਂ ਅਸੀਂ ਨਾ ਦਾਰਸ਼ਨਿਕਾਂ ਨੂੰ ਲੋਕਾਂ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਇਹ ਲੱਗਦਾ ਕਿ ਯਾਰ ਇਹਨਾਂ ਨੇ ਕੁਛ ਤਾਂ ਐਕਸਟਰਾ ਕੀਤਾ। ਤੁਸੀਂ ਦੱਸੋ, ਮੈਂ ਤੁਹਾਨੂੰ ਕਹਿ ਦਿੰਦਾ ਤੁਸੀਂ ਆਪਣੇ ਬਾਰੇ 10 ਲਾਈਨਾਂ ਲਿਖ ਕੇ ਦਿਖਾਓ, ਤੁਹਾਨੂੰ ਲਿਖਣੀ ਔਖੀ ਹੁੰਦੀ ਹੈ। ਜੇ ਕਿਸੇ ਨੇ ਬੁੱਕ ਲਿਖੀ ਹੈ ਜਾਂ ਕੁਛ ਲਿਖਿਆ ਬਣਾ ਕੇ ਤਾਂ ਉਹਨੂੰ ਪਰਮਾਤਮਾ ਵੱਲੋਂ ਹੀ ਬਖਸ਼ਿਸ਼ ਹੈ, ਬਹੁਤ ਔਖਾ ਕੰਮ ਆ। ਸੋ ਉਹਨਾਂ ਨੂੰ ਪੜ੍ਹਨਾ ਚਾਹੀਦਾ, ਜਿਸ ਇਨਸਾਨ ਨੂੰ ਬੁੱਕਸ ਪੜ੍ਹਨ ਦੀ ਆਦਤ ਪੈ ਜਾਂਦੀ ਹੈ, ਮੈਨੂੰ ਲੱਗਦਾ ਉਹਨੂੰ ਜ਼ਿਆਦਾ ਉਲਝਣ 'ਚ ਪੈਣ ਦੀ ਲੋੜ ਨਹੀਂ ਪੈਂਦੀ। ਕਾਰਨ ਕਿ ਬਹੁਤ ਤੁਸੀਂ ਦੇਖ, ਕਿਉਂਕਿ ਇਹ ਹੁੰਦਾ ਨਾ ਕਿ ਕਿਤਾਬ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਭਰ ਦਾ ਤਜ਼ਰਬਾ ਲਿਖ ਦਿੱਤਾ ਹੁੰਦਾ, ਜੇ ਤੁਸੀਂ ਉਹ ਤਜ਼ਰਬਾ ਸਮਝ ਲਓ ਤਾਂ ਤੁਹਾਨੂੰ ਕੁਝ ਸਮੇਂ ਦੇ ਵਿੱਚ ਉਹ ਤਜ਼ਰਬਾ ਮਿਲ ਜਾਂਦਾ ਜਿਹਨੇ ਆਪਣੀ ਪੂਰੀ ਜ਼ਿੰਦਗੀ ਹੰਢਾ ਕੇ ਲਿਖਿਆ ਹੁੰਦਾ। ਬਹੁਤ ਸਾਰੀਆਂ ਚੀਜ਼ਾਂ ਪਤਾ ਲੱਗ ਜਾਂਦੀਆਂ। ਬਿਲਕੁਲ, ਤੁਸੀਂ ਐਬਸੋਲੂਟਲੀ ਸਹੀ ਕਹਿ ਰਹੇ ਹੋ। ਇਹਦੇ 'ਚ ਕੀ ਆ, ਆਪਾਂ ਕਹਿ ਦਿੰਦੇ ਹਾਂ ਕਿ ਛੱਡ ਯਾਰ ਉਹ ਬੰਦਾ ਤਾਂ ਫਿਲੋਸਫੀ ਆਪਣੀ ਕਰੀ ਜਾਂਦਾ ਆ ਨਾ, ਉਹਦੀ ਗੱਲ ਨੂੰ ਸੁਣੋ। ਹਜ਼ਰਤ ਮੁਹੰਮਦ ਸਾਹਿਬ ਨੇ ਕੀ ਕਿਹਾ ਸੀਗਾ, ਕਹਿੰਦੇ ਸੁਣੋ ਉਹ ਕੀ ਕਹਿੰਦਾ, ਇਹ ਨਾ ਦੇਖੋ ਕਿ ਕੌਣ ਕਹਿੰਦਾ। ਅਸੀਂ ਤਾਂ ਇਹ ਦੇਖਦੇ ਕੌਣ ਕਹਿੰਦਾ, ਜੇ ਤਾਂ ਉਹ ਬੰਦਾ ਮਿਲੇਨੀਅਮ ਗੱਲ ਕਹਿ ਰਿਹਾ ਜਾਂ ਵਧੀਆ, ਉਹਦੀ ਉਹਨੂੰ ਫੋਲੋ ਕਰ ਲਓ। ਜੇ ਕੋਈ ਮਾਤੜ ਬੰਦੇ ਨੇ ਗੱਲ ਕਹਿ ਦੀ, ਗੱਲਾਂ ਛੱਡ ਯਾਰ। ਅਸੀਂ ਬੰਦੇ ਦੇ ਰੁਤਬਾ ਦੇਖ ਕੇ ਉਹਦੀ ਗੱਲ ਦਾ, ਕੱਪੜੇ ਦੇਖ ਕੇ ਉਹਦਾ ਰੁਤਬਾ ਦੇਖ ਕੇ, ਹਾਂ ਐਕਚੁਅਲ 'ਚ ਕੀ ਉਹ ਕਹਿ ਕੀ ਰਿਹਾ, ਮਸਲਾ ਸਾਡੇ ਕੋਲ ਹੋਣਾ ਚਾਹੀਦਾ। ਇਹ ਕੁਝ ਜ਼ਰੂਰੀ ਨਹੀਂ ਕਿ ਬੰਦੇ ਦੇ ਕੱਪੜੇ ਜਾਂ ਉਹ ਬੰਦਾ ਵਧੀਆ ਗੱਲ ਨਹੀਂ ਕਰਦਾ, ਬਹੁਤ ਵਧੀਆ ਗੱਲ ਕਰਦਾ ਕਈ ਵਾਰੀ ਤੁਸੀਂ ਉਹ, ਕਿਉਂਕਿ ਉਹਨੇ ਜ਼ਿੰਦਗੀ ਦੇ ਤਜਰਬੇ ਹੰਢਾਏ ਹੁੰਦੇ। ਤੁਸੀਂ ਦੇਖਿਓ, ਨੋਟ ਕਰਿਓ, ਅਗਰ ਤੁਸੀਂ ਬਹੁਤ ਸਕਸੈਸ ਜਾਣਾ ਚਾਹੋਗੇ ਨਾ, ਜਿਹੜੇ ਫੇਲੀਅਰ ਬੰਦੇ ਹੋਣਗੇ ਉਹਨਾਂ ਨਾਲ ਦੋਸਤੀ ਰੱਖਣੀ ਸ਼ੁਰੂ ਕਰ। ਲੋਕ ਕਹਿੰਦੇ ਫੇਲੀਅਰ ਨਾਲ ਦੋਸਤੀ ਨਾ, ਮੈਂ ਕਹਿੰਦਾ ਰੱਖੋ, ਉਹ ਤੁਹਾਨੂੰ ਉਹਨਾਂ ਤੋਂ ਪਤਾ ਲੱਗਦਾ ਵੀ ਜਿਹੜੀ ਗਲਤੀ ਇਹਨਾਂ ਨੇ ਕੀਤੀ ਆਪਾਂ ਨਾ ਕਰੀਏ, ਇਹ ਨਹੀਂ ਹੁੰਦਾ। ਉਹਨਾਂ ਨਾਲ ਵੀ ਬੈਲੈਂਸ ਬਣਾ ਕੇ ਰੱਖੋ। ਆਪਾਂ ਕਹਿੰਦੇ ਛੱਡ ਯਾਰ, ਕਈ ਵਾਰੀ ਕਹਿੰਦੇ ਛੱਡ ਇਹਨੇ ਤਾਂ ਸਾਰਾ ਉਜਾੜ ਲਿਆ ਯਾਰ, ਇਹਨੇ ਆਪਾਂ ਨਾ ਉਜਾੜਿਆ ਕਿਉਂ ਆ, ਉਜਾੜਿਆ ਕਿਉਂ, ਉਹ ਤੋਂ ਕਿਹੜੀਆਂ ਗਲਤੀਆਂ ਹੋਈਆਂ। ਬਹੁਤ ਮੋਸਟਲੀ ਤੁਸੀਂ ਦੇਖਿਓ ਪੋਲੀਟਿਕਸ ਦੇ ਵਿੱਚ, ਜਾਂ ਮੰਨ ਲਓ ਮੈਂ ਦੇਖੇ ਸਟੱਡੀ ਕੀਤੀ ਲੋਕਾਂ ਦੀ, ਉਹ ਇਸ ਕਰਕੇ ਹੋ ਜਾਏ, ਜਿਹੜੇ ਨਾਲ ਦੇ ਸੀਗੇ ਉਹਨਾਂ ਨੇ ਪੈਰ ਹੀ ਨਹੀਂ ਥੱਲੇ ਲੱਗਣਾ, ਅਤੇ ਮਾਰ ਮਾਰ ਫੂਕ ਛਪਾ ਗਿਆ, ਪੱਲੇ ਪੱਲੇ ਉੱਥੇ ਪਤਾ ਲੱਗਣਾ ਚਾਹੀਦਾ ਤੂੰ ਕਿਆ ਫਲਾਣਾ। ਇਹ ਇੱਥੋਂ ਪਤਾ ਲੱਗਦਾ ਕਿ ਤੁਸੀਂ, ਤੁਹਾਨੂੰ ਲੋਕਾਂ ਨੇ ਕਹਿਣਾ ਹੀ ਕਹਿਣਾ ਇੱਦਾਂ, ਇਹ ਤੁਸੀਂ ਪੱਗ ਬਹੁਤ ਸੋਹਣੀ ਬੰਨੀ, ਹਾਂ ਇਹ ਅੱਜ ਸੋਹਣੇ ਬਹੁਤ ਲੱਗਦੇ ਹੈ। ਹਾਂ ਬਿਲਕੁਲ, ਇਹ ਤੁਹਾਨੂੰ ਅਗਲੇ ਇਹ ਤੁਸੀਂ ਦੇਖਣਾ ਕਿ ਤੁਸੀਂ ਉਹਨੂੰ ਕਿਸ ਹਿਸਾਬ ਨਾਲ ਲੈਣੇ। ਹਰ ਇੱਕ ਨਾ, ਅਸੀਂ ਗ੍ਰੈਜੂਏਸ਼ਨ 'ਚ ਇੱਕ ਲੈਸਨ ਪਰ ਸੀਗਾ ਸਾਡੇ, ਉਹ ਖੁਸ਼ਾਮਦੀਦ ਕਹਿੰਦੇ ਬੰਦਾ, ਉਹ ਖੁਸ਼ਾਮਦੀਦ ਮਤਲਬ ਤੁਹਾਡੀ ਪ੍ਰੇਜ਼ ਕਰਨ ਵਾਲਾ ਹੈ ਨਾ, ਉਹ ਕਹਿੰਦੇ ਇਹਨਾਂ ਕੋਲ ਇੱਕ ਚਸ਼ਮਾ ਹੁੰਦਾ, ਉਹ ਤੁਹਾਡੀ ਅੱਖਾਂ 'ਤੇ ਅੱਗੇ ਲਾ ਦਿੰਦੇ, ਤੁਹਾਨੂੰ ਵਧੀਆ ਲੱਗੀ ਜਾਂਦੇ ਨੇ। ਮਤਲਬ ਚਸ਼ਮਾ ਮੀਨਸ, ਮੈਂ ਕਹਿੰਦਾ ਭਗਵਤ ਸਾਹਿਬ ਬਹੁਤ, ਤੁਸੀਂ ਤਾਂ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਉਹ ਵਰਗੀ ਗੱਲ ਨਹੀਂ ਹੈ, ਤੁਹਾਨੂੰ ਤੁਸੀਂ ਸਾਰੀਆਂ ਪਲਕ ਉੱਤੇ ਫੋਕਸ ਕਰ ਲੈਣਾ, ਠੀਕ ਹੈ। ਇਹ ਸਾਡੇ ਸਮਾਜ ਦਾ ਬਹੁਤ ਵੱਡਾ ਇੱਕ ਜਿਵੇਂ ਕਹਿ ਦਿੰਦੇ ਹਾਂ ਲੋਕਾਂ ਦਾ ਕਰਨ ਦਾ ਟ੍ਰਿਕ ਹੈਗਾ, ਲੋਕ ਜਾਂਦੇ ਹੀ ਤੁਹਾਨੂੰ ਇਸ ਗੱਲ ਦੀ ਕਰ ਦਿੰਦੇ ਨੇ, ਠੀਕ ਆ। ਫਿਰ ਉੱਥੇ ਤੁਸੀਂ ਦੇਖਣਾ ਹੁੰਦਾ ਕਿ ਇਹ, ਮੈਂ ਕਈ ਵਾਰੀ ਕੀ ਕਹਿੰਦਾ ਹੁੰਦਾ ਵੀ ਮੈਨੂੰ ਜਿਹੜਾ ਆ ਕੇ ਮੈਨੂੰ ਦੱਸਦਾ ਵੀ ਮੇਰੇ ਸਾਹਿਬ ਤੁਸੀਂ ਆਹ ਚੀਜ਼ ਕਮੀ ਆ, ਇਹ ਗਲਤੀ ਆ, ਮੈਂ ਉਹਨੂੰ ਸੁਣਦਾ, ਮੈਂ ਸੁਣਦਾ ਵੀ ਇਹਨੇ ਕਿਉਂ ਕਹੀ, ਫਿਰ ਉਹਨੇ ਕਿਉਂ ਕਹੀ। ਜੇ ਤਾਂ ਮੈਨੂੰ ਲੱਗਦਾ ਵੀ ਮੈਂ ਇੱਥੇ ਨਹੀਂ ਸੀ ਸੀਗਾ, ਇਹ ਹੋਰ ਪਾਸੇ ਮੈਨੂੰ ਇਹ ਮੈਨੂੰ ਧਿਆਨ ਭਟਕਾ ਰਿਹਾ, ਫਿਰ ਮੈਂ ਉਹਨੂੰ ਛੱਡ ਦੇਣਾ। ਜੇ ਮੈਨੂੰ ਲੱਗਦਾ ਕਿ ਨਹੀਂ ਯਾਰ ਇਹ ਸਹੀ ਕਹਿ ਰਿਹਾ ਸੀ, ਮੈਂ ਉਹ 'ਤੇ ਵਰਕ ਕਰਦਾ, ਇਹੀ ਬੋਲ ਸੀਗਾ। ਕਿਤਾਬਾਂ ਤੋਂ ਇਲਾਵਾ ਹੋਰ ਸ਼ੌਂਕ ਕੀ ਹੈਗੇ ਨੇ? ਸਪੋਰਟਸ ਦਾ ਸ਼ੌਂਕ ਆ, ਜਿਵੇਂ ਖੇਡਾਂ ਦੇ ਨਾਲ ਸੁਬਹਾ ਮਤਲਬ ਆਪਣਾ ਜਿਵੇਂ ਵਾਕ ਕਰਨੀ ਆ ਜਾਂ ਰਨਿੰਗ ਕਰ ਲੈਣੀ ਆ, ਜੋ ਆਪਣੀ ਐਕਸਰਸਾਈਜ਼ ਆ ਜਿੰਨਾ ਕੁ ਆਪਣਾ ਸਰੀਰ ਨੂੰ ਫਿੱਟ ਰੱਖਣ ਦੇ ਲਈ ਲੋੜ ਹੈਗੀ ਆ ਉਹ ਕਰ ਲੈਣੀ ਆ। ਮਿਊਜ਼ਿਕ ਸੁਣਨ ਦਾ ਸ਼ੌਂਕ ਹੈਗਾ, ਜੇ ਕਿਤੇ ਟਾਈਮ ਲੱਗ ਜੇ ਤਾਂ, ਬਹੁਤ ਘੱਟ ਟਾਈਮ ਆਉਣ ਤਾਂ, ਅੱਜ ਕੱਲ੍ਹ ਤਾਂ ਸਮਾਂ ਜ਼ਿਆਦਾ ਵਿਅਸਤ ਰਹਿੰਦਾ ਮੀਟਿੰਗਾਂ ਮੁਲਾਕਾਤਾਂ 'ਚ। ਇੱਕ ਨਾ ਮੈਂ ਮੋਟੀਵੇਸ਼ਨਲ ਕੁਇਟਸ ਬਹੁਤ ਸੁਣਦਾ ਪੜ੍ਹਦਾ, ਜਿਵੇਂ ਮੰਨ ਲਓ ਕਿਸੇ ਨੇ ਬੋਲ ਕੇ ਬੋਲੀਆਂ ਹੋਈਆਂ ਯੂਟਿਊਬ 'ਤੇ ਜਾਂ ਮੰਨ ਲਓ ਹੁੰਦਾ ਨਾ, ਮੇਰੀ ਉਹ ਜ਼ਿੰਦਗੀ ਦਾ ਬਹੁਤ ਵੱਡਾ ਰਾਤ ਸਿਰਾ ਬਣ ਜਾਂਦੀ ਚੀਜ਼ਾਂ। ਮੈਂ ਲੋਕ ਕਹਿੰਦੇ ਨੇ ਵੀ ਲੋਕ ਮੂਵੀਜ਼ ਦੇਖਦੇ ਨੇ, ਮੂਵੀਜ਼ ਕੋਈ ਐਂਟਰਟੇਨਮੈਂਟ ਲਈ ਦੇਖਦਾ, ਕਿਸੇ ਚੀਜ਼ ਲਈ ਦੇਖੋ, ਕਿਸੇ ਚੀਜ਼ ਲਈ ਦੇਖਦਾ। ਮੈਂ ਦੇਖਦਾ ਵੀ ਉਹਨੇ ਕਿਹਾ ਕੀ, ਉਹਨੇ ਕਿਹਾ ਕਿਉਂ ਆ,
ਜਿਹੜਾ ਉਹਨੇ ਕਿਹਾ ਹੈਗਾ ਜਿਵੇਂ ਕਿਸੇ ਨੇ ਕਹਿਤਾ ਕਿ ਯਾਰ ਮੈਂ ਕੰਮ ਕਰੂੰਗਾ ਮੇਰਾ ਕੋਨਫੀਡੈਂਸ ਮੈਂ ਹੀ ਕਰੂੰਗਾ ਮੇਰਾ ਓਵਰ ਕੋਨਫੀਡੈਂਸ ਇੱਕ ਮੂਵੀ ਆਈ ਸੀ ਉਹ ਚੀਜ਼ਾਂ ਤੁਹਾਨੂੰ ਤੁਹਾਡੀ ਲਾਈਫ 'ਚ ਲੈ ਕੇ ਜਾਂਦੀਆਂ ਨੇ ਤੁਸੀਂ ਨੋਟ ਕਰਿਓ ਆਪਾਂ ਕਿਸੇ ਨੂੰ ਮੂਵੀ ਦੇਖਦੇ ਉਹਨੂੰ ਛੱਡ ਦਿੰਦੇ ਹਾਂ ਉਹਦੇ 'ਚ ਤੁਹਾਨੂੰ ਲੈਸਨ ਹੁੰਦਾ ਲੈਸਨ ਹੁੰਦਾ ਮੈਂ ਛੋਟੇ ਬੱਚਿਆਂ ਨਾਲ ਬਹੁਤ ਮੇਰੀ ਬਣਦੀ ਹੈਗੀ ਗੱਲ ਜਿੱਥੇ ਬੱਚੇ ਨੇ ਮੈਂ ਉਹਨਾਂ ਨੂੰ ਮਿਲਦਾ ਹੈਗਾ ਕਿਉਂਕਿ ਆਪਾਂ ਨੂੰ ਤੁਸੀਂ ਨੋਟ ਕਰਿਓ ਛੋਟੇ ਤੋਂ ਹੁੰਦੇ ਤੋਂ ਆਪਾਂ ਨੂੰ ਸਾਡੀ ਮਾਂ ਸਾਡਾ ਪਿਓ ਅਤੇ ਸਾਡੇ ਆਲਾ ਦੁਆਲਾ ਅਤੇ ਸਾਡੇ ਟੀਚਰ ਸਾਨੂੰ ਚੰਗਾ ਹੀ ਸਿਖਾਉਂਦੇ ਆਏ ਅਸੀਂ ਅੱਗੇ ਜਾ ਕੇ ਥੋੜ੍ਹਾ ਜਿਹਾ ਹੋਰ ਤਰ੍ਹਾਂ ਹੋ ਗਿਆ ਛੋਟੇ ਹੁੰਦੇ ਸਾਨੂੰ ਸਿਖਾਇਆ ਜਾਂਦਾ ਨਹੀਂ ਵੀ ਇੱਕ ਲੱਕੜ ਲੈ ਲਓ ਟੁੱਟ ਜਾਂਦੀ ਦੋ ਲੈ ਲਓ ਅਤੇ ਫਿਰ ਕਹਿੰਦੇ ਉਹਦਾ ਸੀਗਾ ਇੱਕ ਤਾਂ ਮੇ ਬਲ ਠੀਕ ਆ ਉਹ ਪਰ ਆਪਾਂ ਅੱਗੇ ਕਿ ਭੁੱਲ ਗਏ ਨਾ ਆਪਾਂ ਨੂੰ ਗਰੀਡੀ ਡੋਗ ਦੀ ਸਟੋਰੀ ਸੁਣਾਈ ਜਾਂਦੀ ਆ ਅੱਗੇ ਕਿ ਭੁੱਲ ਗਏ ਨਾ ਆਪਾਂ ਨੂੰ ਥਰਸਟੀ ਕਰੋ ਦੇ ਵਿੱਚ ਦੱਸਿਆ ਨਾ ਵੀ ਸਕੀਮ ਕਿੱਦਾਂ ਲੱਗੇ ਪਾਣੀ ਪੀਤਾ ਜਾਂਦਾ ਅੱਗੇ ਕਿ ਭੁੱਲ ਗਏ ਨਾ ਸੋ ਜੋ ਆਪਾਂ ਨੂੰ ਬਚਪਨ 'ਚ ਸਿਖਾਇਆ ਜਾਂਦਾ ਉਹ ਹਮੇਸ਼ਾ ਵਧੀਆ ਹੁੰਦਾ ਸਾਡੇ ਜਿਹੜਾ ਸਾਨੂੰ ਉਹ ਦੌਰਾ ਦੌਰ 'ਚ ਸਿਖਾਉਂਦੇ ਨਾ ਵਧੀਆ ਹੁੰਦਾ ਪਰ ਅਸੀਂ ਅੱਗੇ ਜਿਉਂ ਜਿਉਂ ਜਾਂਦੇ ਹਾਂ ਨਹੀਂ ਨਹੀਂ ਦੌੜ 'ਚ ਪੈ ਜਾਂਦੇ ਹਾਂ ਇਹਨੂੰ ਥੱਲੇ ਕਿੱਦਾਂ ਲਾਉਣਾ ਹੈ ਮੇਰੀ ਸੋਚ ਕੀ ਰਹੀ ਆ ਕਿ ਮੈਂ ਕਿਸੇ ਨੂੰ ਥੱਲੇ ਨਾ ਲਾਵਾਂ ਮੈਂ ਆਪ ਅੱਗੇ ਵਧਾਂ ਮੇਰੀ ਗੱਲ ਹੋਰ ਵੀ ਬਦਲ ਹਾਂ ਮੈਂ ਚਾਹੁੰਦਾ ਵੀ ਤੁਸੀਂ ਆਪਣੀ ਰੇਸ ਹੀ ਇੰਨੀ ਕਰ ਲਓ ਕਿ ਠੀਕ ਆ ਯਾਰ ਉਹ ਮੈਂ ਕਿਸੇ ਦੀ ਮਾੜਾ ਤਾਂ ਸੋਚ ਨਹੀਂ ਰਿਹਾ ਠੀਕ ਆ ਮੈਂ ਆਪਣੇ ਲਈ ਫੋਕਸ ਕੀਤਾ ਹੈ ਠੀਕ ਆ ਯੂਨੀਵਰਸਿਟੀ ਵਾਲੀ ਲਾਈਫ ਤੁਹਾਡੀ ਕਿੱਦਾਂ ਰਹੀ ਆ ਕਿਉਂਕਿ ਮੈਨੂੰ ਲੱਗਦਾ ਪੋਲੀਟਿਕਸ ਦੀ ਸ਼ੁਰੂਆਤ ਤਾਂ ਉੱਥੋਂ ਹੀ ਹੋਈ ਹੈ ਅਤੇ ਪੋਲੀਟਿਕਸ ਦੇ ਵਿੱਚ ਖਾਸ ਕਰਕੇ ਤੁਹਾਡਾ ਮਾਰਗਦਰਸ਼ਨ ਜਾਂ ਮਾਰਗਦਰਸ਼ਕ ਕਹਿੰਦੇ ਹੁੰਦੇ ਬੰਦਾ ਵੀ ਇਸ ਬੰਦੇ ਨੂੰ ਦੇਖ ਕੇ ਲੱਗਾ ਵੀ ਹਾਂ ਜਾਂ ਇਹ ਬੰਦੇ ਨੇ ਬਾਂਹ ਫੜੀ ਵੀ ਆ ਜਾ ਪੋਲੀਟਿਕਸ ਵਧੀਆ ਕੰਮ ਹੋਊਗਾ ਇਹਦੇ ਵਿੱਚ ਵਧੀਆ ਚੀਜ਼ਾਂ ਕਰ ਸਕਦੇ ਪੋਲੀਟਿਕਸ ਦੇ ਵਿੱਚ ਰਾਹ ਦਸੇਰਾ ਕੌਣ ਬਣਿਆ ਜਾਂ ਪੰਜਾਬ ਯੂਨੀਵਰਸਿਟੀ ਦੀ ਪੋਲੀਟਿਕਸ ਕਿਸ ਤਰੀਕੇ ਨਾਲ ਰਹੀ ਤੁਹਾਡੀ ਪੰਜਾਬ ਯੂਨੀਵਰਸਿਟੀ ਪੋਲੀਟਿਕਸ ਦੇ ਵਿੱਚ ਮੈਂ ਜਿੱਦਣ ਅਸੀਂ ਮੈਨੂੰ ਕਹਿੰਦੇ ਵੀ ਇਲੈਕਸ਼ਨ ਲੜਨੀ ਆ ਚਲੋ ਜਿਵੇਂ ਕੱਲ੍ਹ ਨੂੰ ਕੱਲ੍ਹ ਪੇਪਰ ਭਰਨੇ ਨੇ ਅੱਜ ਰਾਤ ਨੂੰ ਕਹਿੰਦੇ ਇਲੈਕਸ਼ਨ ਲੜਨੀ ਤੂੰ ਲੜ ਮੈਂ ਕਿਹਾ ਯਾਰ ਇਹ ਕੀ ਗੱਲ ਹੋ ਗਈ ਨਾ ਪ੍ਰਚਾਰ ਕੀਤਾ ਨਾ ਕੁਛ ਕਹਿੰਦੇ ਮੈਂ ਕਿਹਾ ਯਾਰ ਦੂਜੇ ਬੰਦੇ ਹੁਣ ਉੱਥੇ ਪੈਸੇ ਵਾਲੇ ਵੀ ਨੇ ਪਾਰਟੀਜ਼ ਰੂਲਸ ਕਰਦੇ ਨੇ ਮੈਂ ਕਿਹਾ ਯਾਰ ਮੇਰੇ ਲਈ ਹੋ ਰਹੀ ਨਹੀਂ ਚਲੋ ਅਸੀਂ ਬਾਈਕ ਚੱਕੀ ਇੱਥੋਂ ਮੈਂ ਘਰ ਸਰਟੀਫਿਕੇਟ ਲੈਣ ਆ ਗਿਆ ਜਿਵੇਂ ਪਰਲੀ ਮੈਂ ਕਿਹਾ ਵੀ ਹੁਣ ਮੇਰੇ ਨਾ ਮੇਰੇ ਮੁਤਾਬਕ ਇਲੈਕਸ਼ਨ ਲੜਦਾ ਮੈਂ ਸ਼ੁਰੂ ਤੋਂ ਇਸ ਗੱਲ ਦੇ ਹਮੇਸ਼ਾ ਰਿਹਾ ਮੈਂ ਤੁਹਾਨੂੰ ਅੱਗੇ ਵੀ ਸੁਣਾਊਂਗਾ ਮੈਂ ਕਿਹਾ ਮੇਰੇ ਮੁਤਾਬਕ ਇਲੈਕਸ਼ਨ ਲੜਨੀ ਆ ਉਹ ਕਹਿੰਦੇ ਵੀ ਕਿੱਦਾਂ ਮੈਂ ਕਿਹਾ ਬਸ ਤੂੰ ਮੇਰੇ ਮੁਤਾਬਕ ਇਲੈਕਸ਼ਨ ਲੜਨੀ ਮੈਂ ਆਪਣਾ ਬਿਲਕੁਲ ਬਿਲਕੁਲ ਗਰਾਊਂਡ 'ਤੇ ਜਾ ਕੇ ਇਹ ਕਿਹਾ ਵੀ ਮੇਰੇ ਕੋਲ ਆਹ ਚੀਜ਼ਾਂ ਕਰਨ ਲਈ ਪੈਸੇ ਨੇ ਠੀਕ ਆ ਮੈਂ ਇੰਨੇ ਕੁ ਯੁੱਗ ਹੈਗਾ ਹਾਂ ਜੋ ਤੁਹਾਡੇ ਹੱਕ ਦੀ ਗੱਲ ਹੋਊਗੀ ਉਹਦੇ ਲਈ ਮੈਂ ਖੜਾ ਉਹ ਲੋਕਾਂ ਨੂੰ ਅਸਰ ਕੀਤੀ ਉਹ ਸਾਰਾ ਕੁਛ ਉੱਥੇ ਫਿਰ ਉੱਥੇ ਜਦੋਂ ਗਏ ਅਸੀਂ ਮੇਰੇ ਦੋਸਤ ਨੇ ਐਕਚੁਲੀ ਪਹਿਲਾਂ ਤੋਂ ਕਾਂਗਰਸ 'ਚ ਬਹੁਤ ਵਧੀਆ ਲੈਵਲ 'ਚ ਕੰਮ ਕਰਦੇ ਜਿਹੜੀ NSUI 'ਚ ਲੜੀ ਚੋਣ ਤੁਸੀਂ ਕਿਹੜੇ 'ਚ ਲੜੀ ਹੋ ਮੈਂ ਸੋਪੂ ਤੋਂ ਸੋਪੂ 'ਚ ਲੜੀ ਹੁਣ ਸੋਪੂ ਨੂੰ ਤਾਂ ਮੈਨੂੰ ਲੱਗਦਾ ਇੱਕ ਹਿਸਾਬ ਨਾਲ ਡਿਸੋਲਵ ਹੀ ਕਰਤਾ ਸੋਪੂ ਦਾ ਪਹਿਲਾਂ ਬੜਾ ਚੰਗਾ ਆਧਾਰ ਸੀਗਾ ਬਸ ਤੁਹਾਨੂੰ ਪਤਾ ਹੀ ਆ ਫਿਰ ਇਹ ਅਸਲ 'ਚ ਨਾ ਸੋਪੂ ਪੂਸੂ ਦਾ ਉਹਨੂੰ ਇਮੇਜ ਇੱਦਾਂ ਦੀ ਕ੍ਰੀਏਟ ਕਰਤੀ ਪਤਾ ਨਹੀਂ ਕੀ ਨਿਕਲਦਾ ਜੋ ਕੀ ਦੇਖੇ ਤੁਸੀਂ ਹੁਣ ਮੈਂ ਬਿਲਕੁਲ ਉਹ ਗੈਂਗਸਟਰਾਂ ਵਾਲੀ ਗੱਲਾਂ ਚਲੀ ਜਾਂਦੀਆਂ ਡੀਪ 'ਚ ਨਹੀਂ ਜਾਣਾ ਚਾਹੁੰਦਾ ਪਰ ਵਧੀਆ ਸੰਗਠਨ ਸੀਗਾ ਵਧੀਆ ਸਾਰਾ ਕੁਛ ਸੀਗਾ ਸੋ ਅਸੀਂ ਉਸ ਪਾਸੇ ਨੂੰ ਚੱਲੇ ਫਿਰ ਉੱਥੇ ਨਾ ਮੇਰੇ ਦੋਸਤ ਸੀਗੇ ਮੈਂ ਉਹਨਾਂ ਨੂੰ ਦੇਖ ਕੇ ਸਿੱਖਦਾ ਸੀਗਾ ਮੈਂ ਕਿਹਾ ਯਾਰ ਇਹ ਜਿਹੜਾ ਕੁਛ ਕਰਦੇ ਨੇ ਇਹ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਵੱਡੀਆਂ ਪਾਰਟੀਆਂ ਉਹਨਾਂ ਨੇ ਅਟੈਂਡ ਕਰਨੀ ਆਪਣੇ ਦੋਸਤ ਨਾਲ ਉਹ NSUI ਦੇ ਵੱਡੇ ਸੀਗੇ ਅਤੇ ਕਾਂਗਰਸ 'ਚ ਉਹਨਾਂ ਦਾ ਬਹੁਤ ਵੱਡਾ ਹੋਲਡ ਸੀਗਾ ਮੈਂ ਜਾਇਆ ਕਰਨਾ ਮੈਂ ਕਿਹਾ ਯਾਰ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਵੀ ਕਰ ਸਕਦਾ ਨਾ ਯਾਰ ਸੋ ਮੇਰੇ ਮਨ 'ਚੋਂ ਚੀਜ਼ਾਂ ਆਉਣ ਲੱਗ ਗਈਆਂ ਕਿ ਕਿਉਂ ਨਾ ਦੋ ਚੀਜ਼ਾਂ ਹੀ ਨੇ ਮੈਂ ਕਿਹਾ ਤੁਸੀਂ ਜੇ ਲੋਕਾਂ ਲਈ ਕੰਮ ਕਰਨਾ ਤੁਹਾਨੂੰ ਪਾਵਰ ਤਾਂ ਚਾਹੀਦੀ ਹੈ ਪਾਵਰ ਕਿੱਥੋਂ ਹੋਊਗੀ ਪੋਲਿਟਿਕਸ ਤੋਂ ਸੋ ਮੈਂ ਉਸ ਪਾਸੇ ਨੂੰ ਇੰਟਰਸਟ ਲੈਣਾ ਸ਼ੁਰੂ ਕਰ ਲਿਆ ਹੌਲੀ ਹੌਲੀ ਕਰਦੇ ਕਰਦੇ ਜਦੋਂ ਉੱਥੋਂ ਮੈਂ ਨਿਕਲਿਆ ਅਤੇ ਫਾਦਰ ਸਾਹਿਬ ਨੇ ਇਲੈਕਸ਼ਨ ਲੜੀ MC ਦੀ ਅਤੇ ਉੱਥੇ ਉਦੋਂ ਬਾਅਦ ਮੈਂ ਦੱਸਦਾ ਅਸੀਂ ਮੇਰੇ ਜਦੋਂ ਅਸੀਂ ਇਲੈਕਸ਼ਨ ਦੀ ਸ਼ੁਰੂਆਤ ਕੀਤੀ ਵਾਈਫ ਨੇ ਮੇਰੇ ਇਲੈਕਸ਼ਨ ਲੜਨੀ ਸੀ ਕੌਂਸਲਰ ਦੀ ਮੈਨੂੰ 13 ਦਿਨ ਪਹਿਲਾਂ ਕਿਹਾ ਗਿਆ ਵੀ ਤੁਸੀਂ ਇਲੈਕਸ਼ਨ ਲੜਨੀ ਬੜਾ ਔਖਾ ਸੀਗਾ ਮੈਂ ਕਿਹਾ ਚਲੋ ਜੋ ਹੁਕਮ ਹੈ ਜੀ ਕੋਈ ਗੱਲ ਮੈਂ ਕਿਹਾ ਵੀ ਲੜੂੰਗਾ ਮੈਂ ਆਪਣੇ ਹਿਸਾਬ ਨਾਲ ਕਹਿੰਦੇ ਵੀ ਉਹ ਕਿੱਦਾਂ ਮੈਂ ਕਿਹਾ ਵੀ ਮੇਰੇ ਮੈਨੂੰ ਟੋਕਣਾ ਨਹੀਂ ਵੀ ਜਿੱਥੇ ਗਲਤ ਹੋਊਗਾ ਮੈਂ ਮਾਫ਼ੀ ਮੰਗੂੰਗਾ ਵੀ ਤੁਹਾਨੂੰ ਮੈਂ ਸਾਡੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਭੋਰਾ ਸਾਹਿਬ ਗਿਆ ਉੱਥੋਂ ਆ ਕੇ ਮੈਂ ਭੋਰਾ ਸਾਹਿਬ ਅਰਦਾਸ ਕੀਤੀ ਮੈਂ ਬਾਬਾ ਜੀ ਵੀ ਹਾਰੀਏ ਜਿੱਤੀਏ ਹਾਰ ਵੀ ਜਿੱਤ ਤੁਹਾਡੀ ਜਿੱਤ ਵੀ ਤੁਹਾਡੀ ਮੇਰਾ ਜ਼ਿੰਦਗੀ 'ਚ ਕੁਛ ਹੈ ਨਹੀਂ ਨਾ ਮੇਰਾ ਹੈਗਾ ਅੱਜ ਵੀ ਮੈਂ ਕਹਿੰਦਾ ਵੀ ਗੁਰੂ ਮਹਾਰਾਜ ਕਰਦਾ ਪਰ ਮੈਂ ਕਿਹਾ ਮੈਂ ਸ਼ਰਾਬ ਨਹੀਂ ਪਿਲਾਉਂਦਾ ਵੀ ਬਿਨਾਂ ਨਸ਼ੇ ਤੋਂ ਆਪਾਂ ਇਲੈਕਸ਼ਨ ਲੜਨੀ ਹੈ ਮੈਂ ਕਿਸੇ ਦਾ ਪੁੱਤ ਨਸ਼ੇ 'ਚ ਨਹੀਂ ਲਾਉਂਦਾ ਮਹਾਰਾਜ ਨੇ ਕਿਰਪਾ ਕੀਤੀ ਜਿੱਤ ਗਏ ਲੋਕਾਂ ਨੇ ਲੱਖਾਂ ਰੁਪਏ ਖਰਚਿਆ ਮੇਰਾ 20-22 ਹਜ਼ਾਰ ਰੁਪਏ ਖਰਚਾ ਵੀ ਨਹੀਂ ਆਇਆ ਉਸ ਤੋਂ ਬਾਅਦ MLA ਦੀ ਇਲੈਕਸ਼ਨ ਆ ਗਈ ਫਿਰ ਸਾਰੇ ਕਹਿਣ ਲੱਗ ਗਏ ਕਹਿੰਦੇ ਆਪਾਂ ਇੱਦਾਂ ਇੱਦਾਂ ਮੈਂ ਕਿਹਾ ਵੀ ਦੇਖੋ ਮੈਂ ਆਪਣੇ ਹਿਸਾਬ ਨਾਲ ਸਾਰਿਆਂ ਨੂੰ ਮੈਂ ਕਿਹਾ ਵੀ ਮੈਂ ਫਿਰ ਅਰਦਾਸ ਕਰਕੇ ਆਇਆ ਮੈਂ ਕਿਹਾ ਮੈਂ ਅਰਦਾਸ ਕੀਤੀ ਆ ਸਿੰਘ ਸ਼ਹੀਦਾਂ ਦੇ ਵੀ ਗਿਆ ਭੋਰਾ ਸਾਹਿਬ ਵੀ ਗਿਆ ਮੈਂ ਕਿਹਾ ਮੈਂ ਅਰਦਾਸ ਕਰਕੇ ਆਇਆ ਗੁਰੂ ਮਹਾਰਾਜ ਕਿ ਮੈਂ ਕਿਸੇ ਦਾ ਪੁੱਤ ਨਸ਼ੇ 'ਚ ਨਹੀਂ ਲਾਉਣਾ ਹੈਗਾ ਠੀਕ ਆ ਜਿਹੜਾ ਪੀਂਦਾ ਪੀਵੇ ਖਾਵੇ ਮੈਂ ਕਿਸੇ ਨੂੰ ਉਹ ਨਹੀਂ ਕਰਦਾ ਪਰ ਮੈਂ ਨਹੀਂ ਕਰ ਲਾਉਣਾ ਹੈਗਾ ਗੁਰੂ ਮਹਾਰਾਜ ਨੇ ਜਿਤਾ ਦਿੱਤਾ
मैं हमेशा अरदास करके करता, मैं हमेशा कहना भी जो बाबा अज आप बैठे हैं ना ये सब ओरी कृपा। वैसे एम एल ए की चोन आसान सी ओदी टिकट तो कहते टिकट की बड़ी लड़ाई पै जाती है पहला तो बसी पठाना भी एक बड़ी अहम सीट सी। मैं पहले थोड़ू शायद तुम मेरी गल गौर किया भोगल साहब मैं पहले ही कहा मैं गुरु महाराज का बहुत शुक्रगुजार हाँ ठीक है अरविंद केजरीवाल जी भगवंत मान जी होर साडा संगठन दे जिहड़ा देख रहे सीगे सारे ने मेरे ते बहुत भरोसा किया। एक्टिव पॉलिटिक्स दे विच फिर लियाउण वाला कौन सी तुहानू क्योंकि स्टूडेंट पॉलिटिक्स दा चलो आपां मान लिया सुपोल लड़ी वह भी अचानक सबब बनिया एम एल ए वाली चोण दे विच किहने कहा भी हाँ भी अरविंदर तो लड़ाईए लड़ सकदा उह चोण। ਲੜਾਉਣ ਵਾਲਾ ਤਾਂ ਕਿਸੇ ਨੇ ਨਹੀਂ ਸੀਗਾ ਸਾਰੇ ਉਹ ਲੜਾਉਣ ਵਾਲਾ ਤਾਂ ਪਰਮਾਤਮਾ ਹੀ ਸੀਗਾ ਜਿਹਨਾਂ ਨਾਲ ਲੱਗੇ ਸੀਗੇ ਉਹਨਾਂ ਨੇ ਅਖੀਰ ਨੂੰ ਆ ਕੇ ਹੁਣ ਮੈਂ ਇੱਥੇ ਕੀ ਬੋਲਣਾ ਹੈ ਨਾ ਅਤੇ ਉਹ ਦੂਜੇ ਹੀ ਸੀਗੇ ਵੀ ਇਹ ਤਾਂ ਫਿਰ ਇਹਦੇ 'ਚ ਜਦੋਂ ਸੀ ਐੱਮ ਸਾਹਿਬ ਮਾਨ ਸਾਹਿਬ ਦੇ ਨੇੜਤਾ ਵਧੀ ਉਹਨਾਂ ਨਾਲ ਉਹਨਾਂ ਨੇ ਬੜਾ ਜਦੋਂ 2017 ਦੀ ਇਲੈਕਸ਼ਨ ਹਾਰੇ ਅਸੀਂ ਬੜੇ ਕੋਨਫੀਡੈਂਸ ਨਾਲ ਮੈਨੂੰ ਗੱਲ ਬੋਲੀ ਸੀਗੀ ਮਾਨ ਸਾਹਿਬ ਤਾਂ ਮੈਂ ਇਸ ਗੱਲ 'ਤੇ ਰਿਣੀ ਹੈਗਾ ਕਿ ਘਬਰਾਉਣਾ ਨਹੀਂ ਆਪਾਂ ਇਲੈਕਸ਼ਨ ਆਪਾਂ ਜਿੱਤਾਂਗੇ ਸਰਕਾਰ ਬ ਦੇਖੋ ਅੱਜ ਮੈਂ ਕਹਿ ਰਿਹਾ 2017 ਤੋਂ ਬਾਅਦ ਬੈਠੇ ਸੀ ਅਸੀਂ ਸਾਰੇ ਜਣੇ ਬੁਲਾਏ ਸੀਗੇ ਅਤੇ ਫਿਰ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਬਿਜਲੀ ਅੰਦੋਲਨ ਸਾਡੇ ਪਹਿਲਾਂ ਹੋਇਆ ਸੀਗਾ ਬਹੁਤ ਉਹ ਤਾਂ ਬੰਦੇ ਘੱਟ ਬਹੁਤ ਘੱਟ ਸੀਗੇ ਅਸੀਂ ਕਰਦੇ ਸੀ ਅਤੇ ਮੈਂ ਕਿਹਾ ਜੀ ਕਹਿੰਦੇ ਕਿੱਦਾਂ ਉੱਥੇ ਰਿਵਿਊ ਹੋਇਆ ਵੀ ਕਿੱਦਾਂ ਕਿੱਦਾਂ ਕਰ ਰਹੇ ਹੋ ਤੁਸੀਂ ਦਿੱਲੀ ਅਤੇ ਮੈਂ ਕਿਹਾ ਜੀ ਬੰਦਾ ਮਿਲੇ ਕੋਈ ਨਾ ਮਿਲੇ ਆਪਾਂ ਆਪਣੀ ਕਾਰ ਚੱਕੀ ਦੇ ਇੱਕ ਅੱਧਾ ਬੰਦਾ ਲੱਭ ਗਿਆ ਠੀਕ ਹੈ ਨਹੀਂ ਆਪਾਂ ਆਪਣਾ ਪਿੰਡ 'ਚ ਹੁੱਕਾ ਦੇ ਕੇ ਆ ਜਾਂਦੇ ਹਾਂ। ਕੇਜਰੀਵਾਲ ਸਾਹਿਬ ਕਹਿੰਦੇ ਯਾਰ ਇਹ ਹੈਪੀ ਜੈਸਾ ਇੱਕ ਪਾਗਲ ਬੰਦਾ ਮੁਝੇ ਹਰ ਹਲਕੇ ਮੇ ਚਾਹੀਏ ਸੋ ਉਹਨਾਂ ਨੇ ਇਸ ਪਾਸੇ ਨੂੰ ਫਿਰ ਮੈਨੂੰ ਉਹ ਵਰਡਸ ਜਿਹੜੇ ਨੇ ਉਹ ਮੈਨੂੰ ਹਮੇਸ਼ਾ ਅੱਗੇ ਲੈ ਗਏ ਸੀ ਐੱਮ ਸਾਹਿਬ ਦੇ ਮਾਨ ਸਾਹਿਬ ਦੇ ਅਰਵਿੰਦ ਜੀ ਦੇ ਇਹਨਾਂ ਨੇ ਮੈਨੂੰ ਹਮੇਸ਼ਾ ਮੋਟੀਵੇਟ ਹੀ ਕੀਤਾ ਜਿਹੜੇ ਪਹਿਲਾਂ ਕੰਮ ਕੀਤਾ ਪਹਿਲਾਂ ਆਪਾਂ ਸਾਰੇ ਕਿਤੋਂ ਨੂੰ ਪਹਿਲਾਂ ਮੈਂ ਕਾਂਗਰਸ 'ਚ ਸੀਗੇ ਅਸੀਂ ਸਾਰੇ ਕਿਤੋਂ ਨਾ ਕਿਤੋਂ ਸ਼ੁਰੂ ਕਰਦੇ ਨੇ ਫਿਰ ਇੱਧਰ ਆ ਗਏ ਸੀਗੇ ਰਾਜਨੀਤੀ ਆਮ ਆਦਮੀ ਪਾਰਟੀ 'ਚ ਸੋ ਪਹਿਲਾਂ ਤਾਂ ਇਹ ਲਾ ਲਓ ਵੀ ਇਹ ਮੈਂ ਨਹੀਂ ਕਹਿੰਦਾ ਠੀਕ ਆ ਉਹਨਾਂ ਟਾਈਮ ਵੀ ਸਹੀ ਰਿਹਾ ਪਰ ਇਹ ਆ ਵੀ ਉਹਨਾਂ ਟਾਈਮ ਗਲ ਗੁੱਠ ਹੀ ਰਿਹਾ ਕਿ ਬੰਦਾ ਇੱਥੇ ਆ ਕੇ ਮੈਨੂੰ ਸਾਰਿਆਂ ਨੇ ਮੈਂ ਇਸ ਗੱਲ ਦਾ ਸਾਰੀ ਸਾਡੀ ਪਾਰਟੀ ਦੇ ਜਿੰਨੇ ਵਰਕਰ ਨੇ ਜਿੰਨੇ ਵੀ ਲੀਡਰ ਸਾਹਿਬਾਨ ਨੇ ਸਾਰਿਆਂ ਦਾ ਰਿਣੀ ਆ ਕਿ ਸਾਰਿਆਂ ਨੇ ਮੇਰੀ ਸਪੋਰਟ ਬਹੁਤ ਕੀਤੀ। ਕਾਂਗਰਸ ਤਾਂ ਵੈਸੇ ਵੀ ਇੱਕ ਬੜੀ ਮੰਨੀ ਪਰਮੰਨੀ ਕਹਾਵਤ ਹੋ ਗਈ ਹੈ ਕਿ ਉੱਥੇ ਆਪਣੇ ਬੰਦੇ ਆਪਣੀਆਂ ਜੜ੍ਹਾਂ ਵੱਢਣ ਡੇ ਆ ਤਾਂ ਇਸੇ ਕਰਕੇ ਨੁਕਸਾਨ ਹੋ ਰਿਹਾ ਕਾਂਗਰਸ ਦਾ। ਉੱਥੇ ਤਾਂ ਜੀ ਜੇ ਤੁਹਾਡੇ ਕੋਲ ਮੈਂ ਹੁਣ ਕੀ ਕਹਾਂ ਵੀ ਜੀ ਨਹੀਂ ਹੈਗੀ ਫਿਰ ਤੁਸੀਂ ਤਾਂ ਬਸ ਢੋਲ ਵਜਾਉਣ ਵਾਲੇ ਹੀ ਹੋ ਭੰਗੜਾ ਪਵਾ ਲਓ ਨਾਰੇ ਮਰਾ ਲਓ ਬਸ ਉੱਥੇ ਤਾਂ ਚੱਕਰ ਹੈਗਾ ਉੱਥੇ ਬਹੁਤ ਜ਼ਿਆਦਾ ਇੱਥੇ ਤਾਂ ਮੈਨੂੰ ਪੁੱਛਿਆ ਵੀ ਨਹੀਂ ਗਿਆ ਮੈਂ ਦੱਸ ਦਿੱਤਾ ਮੈਂ ਕਹਿੰਦੇ ਕੋਈ ਗੱਲ ਨਹੀਂ ਆਪ ਇਲੈਕਸ਼ਨ ਲੜੋ ਕੋਈ ਗੱਲ ਨਹੀਂ ਕੋਈ ਦਿੱਕਤ ਵਾਲੀ ਗੱਲ ਅਤੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਠੀਕ ਆ ਜਿਹੜੇ ਖਰਚੇ ਜਾਇਜ਼ ਹੁੰਦੇ ਨੇ ਮੇਰੇ ਦੋਸਤਾਂ ਨੇ ਮੇਰੇ ਮਿੱਤਰਾਂ ਨੇ ਜੋ ਫੰਡ ਆਪ ਅਰੇਂਜ ਕਰਕੇ ਜਿਵੇਂ ਜਿਵੇਂ ਕਰ ਦੋਸਤੀ ਦੀ ਕੀ ਅਹਿਮੀਅਤ ਆ ਤੁਹਾਡੇ ਹਿਸਾਬ ਨਾਲ ਜ਼ਿੰਦਗੀ 'ਚ ਸਾਰੀ ਤੁਹਾਡੀ ਲਾਈਫ ਏ ਦੋਸਤਾਂ ਨਾਲ ਹੁੰਦੀ ਆ ਪੇਰੈਂਟਸ ਤੋਂ ਬਾਅਦ ਜੇ ਤੁਹਾਡੇ ਨਾਲ ਕੋਈ ਖੜਦਾ ਤਾਂ ਉਹ ਦੋਸਤ ਨੇ ਕਿਉਂਕਿ ਸਾਰੀਆਂ ਗੱਲਾਂ ਤਾਂ ਤੁਸੀਂ ਉਹਨਾਂ ਨਾਲ ਤੁਸੀਂ ਕਰ ਨਹੀਂ ਸਕਦੇ ਪੇਰੈਂਟਸ ਨਾਲ ਮੈਨੂੰ ਇਹ ਲੱਗਦਾ ਵੀ ਦੋਸਤੀ ਜਿਹੜੀ ਆ ਇੱਕ ਮੈਨੂੰ ਜੋ ਲੱਗਦਾ ਵੀ ਤੁਹਾਡੀ ਲਈ ਕੁਦਰਤ ਦੀ ਉਹ ਨਿਆਮਤ ਹੈਗੀ ਆ ਉਹ ਕੁਦਰਤ ਦੀ ਉਹ ਦੇਣ ਹੈਗੀ ਆ ਜਿਹਨੂੰ ਚੰਗੇ ਦੋਸਤ ਮਿਲ ਜਾਂਦੇ ਨੇ ਤਾਂ ਉਹ ਬਹੁਤ ਭਾਗਾਂ ਵਾਲਾ ਮੇਰੇ ਸਾਰੇ ਦੋਸਤ ਬਹੁਤ ਵਧੀਆ ਨੇ ਠੀਕ ਆ ਸਾਡੀ ਕਈ ਵਾਰੀ ਆਪਸ 'ਚ ਹੁੰਦੀ ਆ ਸਾ ਦੋਸਤਾਂ ਦੀ ਪਰ ਮੈਂ ਨਾ ਉਹ ਦਿਲ 'ਤੇ ਲੈਂਦੇ ਨੇ ਨਾ ਮੈਂ ਦਿਲ 'ਤੇ ਲੈਂਦਾ ਬਸ। ਤੁਸੀਂ ਇੱਕ ਜ਼ਿਕਰ ਕਰ ਰਹੇ ਸੀਗੇ ਕਿ ਪਰਿਵਾਰ ਹਲੇ ਵੀ ਉਹੀ ਕੰਮ ਕਰ ਰਿਹਾ ਕਿਉਂਕਿ ਪੋਲੀਟਿਕਸ ਦੇ ਵਿੱਚ ਆਣ ਕੇ ਸਭ ਤੋਂ ਵੱਡਾ ਇੱਕ ਕਹਿੰਦੇ ਇਹ ਵੀ ਕੰਮ ਹੁੰਦਾ ਕਿ ਘਰ ਦੇ ਵਿੱਚ ਆਉਣ ਵਾਲਿਆਂ ਦਾ ਤਾਂ ਲੱਗਾ ਰਹਿੰਦਾ ਵੀ ਸਾਡਾ ਆਹ ਕੰਮ ਹੋਣ ਵਾਲਾ ਉਹ ਕੰਮ ਹੋਣ ਵਾਲਾ ਫਿਰ ਉਹਨਾਂ ਨੂੰ ਖਵਾਉਣਾ ਪਿਲਾਉਣਾ ਵੀ ਪੈਂਦਾ ਚਾਹ ਪਾਣੀ ਵੀ ਪਿਲਾਉਣਾ ਪੈਂਦਾ ਅਤੇ ਕਹਿੰਦੇ ਇੱਦਾਂ ਦਾ ਪੈਸਾ ਬੰਦੇ ਦਾ ਉੱਧਰ ਲੰਘ ਜਾਂਦਾ ਤੁਹਾਡੀ ਤਨਖਾਹ ਕਿੱਧਰਲੇ ਪਾਸੇ ਲੰਘ ਰਹੀ ਹੈ ਇਹਦੇ ਦੇਖੋ ਗੁਜ਼ਾਰਾ ਕਿਸ ਤਰੀਕੇ ਨਾਲ ਕਰ ਰਹੇ ਹੋ। ਮੇਰੇ ਫਾਦਰ ਸਾਹਿਬ ਨੂੰ ਪੈਨਸ਼ਨ ਮਿਲਦੀ ਹੈਗੀ ਆਰਮੀ 'ਚੋਂ ਉਹਦੇ ਨਾਲ ਅਸੀਂ ਸਾਰਾ ਦਫ਼ਤਰ ਦਾ ਅਤੇ ਘਰ ਦਾ ਖਰਚਾ ਚਲਾਉਂਦੇ ਹਾਂ ਅਤੇ ਮੈਂ ਥੋੜ੍ਹੇ ਜਿਹੇ ਪੈਸੇ ਸੇਵ ਕਰਨ ਦੀ ਸੋਚ ਰਿਹਾ ਸੀ ਕਿ 2-3 ਕਮਰੇ ਘਰ ਬਣਾ ਲਿਆ ਜਾਵੇ ਕਿਉਂਕਿ ਲੋੜ ਬਹੁਤ ਰਹਿੰਦੀ ਹੈ। ਮੈਂ ਇੱਦਾਂ ਦੀ ਗੱਲ ਹੀ ਮੇਰੇ ਘਰ ਇੱਕ ਔਫਿਸਰ ਆਇਆ ਉਹਨੇ ਕੋਈ ਰਿਕਮੈਂਡੇਸ਼ਨ ਦਾ ਸੀਗਾ ਮੈਨੂੰ ਕਹਿੰਦਾ ਉਹ ਪਹਿਲਾਂ ਮੇਰੇ ਘਰ ਦੇਖੀ ਆ ਵੀ ਇੱਦਾਂ ਬੈਠਾ ਹੁੰਦਾ ਹੀ ਆ ਵੀ ਸਾਰੇ ਰੰਗ ਰੁੰਗ ਉਤਰਿਆ ਸਾਰਾ ਹੈ ਨਾ ਅਤੇ ਮੈਂ ਕਿਹਾ ਬਾਈ ਜੀ ਇਹੀ ਕੁਛ ਹੈ ਸਿੱਧਾ ਮੈਂ ਨਹੀਂ ਮੈਂ ਉਹਨੂੰ ਕਹਿੰਦਾ ਔਫਿਸਰ ਆ ਮੈਂ ਨਹੀਂ ਮੈਂ ਕਿਉਂ ਪੋਲਿਸ਼ ਕਰਾਂ ਆਪਣੇ ਆਪ ਨੂੰ ਕਿਉਂ ਜਿੰਨਾ ਮੈਂ ਕਿਹਾ ਆਹੀ ਕੁਛ ਹੈਗਾ ਮੈਂ ਇੱਥੋਂ ਠੀਕ ਆ ਬਹੁਤ ਠੀਕ ਆ ਅਗਲਾ ਕਹਿੰਦਾ ਕੋਈ ਗੱਲ ਨਹੀਂ ਉਹਦਾ ਕੰਮ ਕੀਤਾ ਚਲੋ ਕਰਨ ਵਾਲਾ ਸੀਗਾ ਕੰਮ ਜੈਨੂਅਨ ਸੀਗਾ ਅਤੇ ਇਹ ਚੀਜ਼ਾਂ ਪਰਿਵਾਰ ਤੋਂ ਜਦੋਂ ਆਉਂਦੇ ਨੇ ਲੋਕ ਸਾਰਿਆਂ ਨੂੰ ਪਤਾ ਹੁਣ ਮੈਨੂੰ ਆ ਕੇ 90% ਲੋਕ ਕਦੇ ਇਹ ਥੋੜ੍ਹਾ ਕਹਿੰਦੇ ਨੇ ਵੀ ਐੱਮ ਐੱਲ ਏ ਸਾਹਿਬ ਹੈਗੇ ਨੇ ਜਾਂ ਐੱਮ ਐੱਲ ਏ ਹੈਗਾ ਜਾਂ ਉਹ ਹੈਪੀ ਹੈਗਾ
ਪਹਿਲਾਂ ਬੈਲ ਮਾਰ ਕੇ ਆਵਾਜ਼ ਕੀ ਮਾਰੇ ਹੈਪੀ ਹੁਣ ਜਿਹੜੇ ਗਨਮੈਨ ਆ ਉਹਨਾਂ ਲਈ ਔਕਵਰਡ ਲੱਗਦੀ ਹੈ ਗੱਲ ਮੈਂ ਕਿਹਾ ਯਾਰ ਇਹ ਤੈਨੂੰ ਤੁਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ ਕਹਿੰਦੇ ਮੈਂ ਕਿਹਾ ਇਹਨਾਂ ਤਾਂ ਮੇਰੇ ਨਾਲ ਮੇਰੀ ਬੌਂਡਿੰਗ ਇੰਨੀ ਹੈ ਨਾ ਮੇਰੇ ਨਾਲ ਹੀ ਕਦੇ MLA ਆ ਨਾ ਇਹਨਾਂ ਨੇ ਇਹ ਮੇਰੇ ਲਈ ਕੋ ਮੈਂ ਕਿਹਾ ਇਹਨਾਂ ਨੇ ਇੱਦਾਂ ਰਹਿਣਾ ਇੰਨਾ ਨੋਟ ਕਰ ਲਿਓ ਮੈਂ ਤੁਹਾਨੂੰ ਗੱਲ ਸੁਣਾਉਣਾ ਛੋਟੀ ਜਿਹੀ ਮੈਂ ਇੱਕ ਪਿੰਡ 'ਚ ਜਾਂਦੀ ਹਾਂ ਉਹ ਪਿੰਡ 'ਚ ਜਵਾਕ ਉਹ ਹੈਪੀ ਆ ਗਿਆ ਹੈਪੀ ਆ ਗਿਆ ਹੈਪੀ ਆ ਗਿਆ ਮੈਂ ਕਿਹਾ ਉਹ ਰਿਹਾ ਉਹ ਕਹਿੰਦਾ ਮੈਂ ਕਿਹਾ ਨਾਲ ਪੜ੍ਹਦਾ ਰਿਹਾ ਨਹੀਂ ਅੰਕਲ ਨਹੀਂ ਅੰਕਲ ਮੈਂ ਕਿਹਾ ਉਹ ਮਤਲਬ ਮੈਨੂੰ ਕੀ ਪਤਾ ਕਿਸ ਇਨਸਾਨ ਦੀਆਂ ਸ਼ਖਸ ਦੀਆਂ ਦੁਆਵਾਂ ਨੇ ਇੱਥੇ ਤੱਕ ਲੈ ਕੇ ਆਉਂਦਾ ਮੈਨੂੰ ਮੈਂ ਇਸ ਗੱਲ ਵੈਸੇ ਪੰਜਾਬ ਦੀ ਵਿਜ਼ਨ ਕੀ ਹੈਗਾ ਇੱਕ ਬੜਾ ਪਿੱਛੇ ਜੇ ਕਿੰਤੂ ਪਰੰਤੂ ਉੱਠਣੇ ਸ਼ੁਰੂ ਹੋਏ ਸੀ ਕਹਿੰਦੇ ਕਿ ਪਤਾ ਨਹੀਂ ਕਿੱਥੋਂ ਇੱਕ ਇੱਦਾਂ ਦਾ ਮਟੀਰੀਅਲ ਸਾਡੇ ਸਾਹਮਣੇ ਲਿਆ ਕੇ ਬਿਠਾ ਦਿੱਤਾ ਕਿ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਵੀ ਪਤਾ ਹੋਣਾ ਅਸੀਂ ਵੀ ਉਹ ਸਾਰਾ ਕੁਝ ਸੁਣ ਰਹੇ ਸੀਗੇ ਤਾਂ ਬੜੇ ਉਸ ਵੇਲੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਉੱਠੇ ਕਹਿੰਦੇ ਵੀ ਇਹ ਕਿੱਦਾਂ ਦੀ ਟਿੱਪਣੀ ਵਰਤੀ ਗਈ ਤਾਂ ਇੱਦਾਂ ਦੀਆਂ ਚੀਜ਼ਾਂ ਜਦੋਂ ਹੁੰਦੀਆਂ ਨੇ ਤੁਹਾਡੇ ਸਾਹਮਣੇ ਤਾਂ ਕੀ ਸੋਚਦੇ ਹੋ ਉਦੋਂ ਕੀ ਮਨ ਦੇ ਵਿੱਚ ਕੀ ਆਉਂਦਾ ਅਤੇ ਨਾਲ ਦੀ ਨਾਲ ਪੰਜਾਬ ਦੇ ਲਈ ਵਿਜ਼ਨ ਤੁਹਾਡਾ ਕਿਸ ਤਰੀਕੇ ਨਾਲ ਦੇਖਦੇ ਤੁਸੀਂ ਇਹ ਪਤਾ ਕੀ ਹੈ ਜੀ ਵੀ ਕਿੱਦਾਂ ਦਾ ਮਟੀਰੀਅਲ ਆ ਇਹਨਾਂ ਲੋਕਾਂ ਨੇ ਪੈਸੇ ਦੀ ਸਿਆਸਤ ਕੀਤੀ ਹੈ ਇਹਨਾਂ ਨੂੰ ਮਟੀਰੀਅਲ ਲੱਗਦਾ ਇਹ ਤਾਂ ਚਾਹੁੰਦੇ ਸੀ ਕਿ ਅਸੀਂ ਬੈਠੇ ਹਾਂ ਸਾਡੇ ਅੱਗੇ ਜੇ ਬਹਿਣ ਓਪੋਜੀਸ਼ਨ ਤਾਂ ਵੀ ਸਾਡੇ ਮੁੰਡੇ ਬਹਿਣ ਜਾਂ ਸਾਡੀਆਂ ਨੂੰਹਾਂ ਬਹਿਣ ਜਾਂ ਸਾਡੇ ਘਰ ਵਾਲੀਆਂ ਬਹਿਣ ਜਾਂ ਸਾਡੇ ਪੁੱਤ ਪੋਤੇ ਬਹਿਣ ਸੋ ਪਹਿਲੀ ਵਾਰੀ ਹੋਇਆ ਇਹਨਾਂ ਨੂੰ ਇਹ ਚੀਜ਼ ਬਰਦਾਸ਼ਤ ਹੀ ਨਹੀਂ ਹੁੰਦੀ ਕਿ ਯਾਰ ਆਮ ਜੇ ਲੋਕ ਕਿਉਂ ਬਹਿ ਕੇ ਸਾਡੇ ਅੱਗੇ ਕੱਲ੍ਹ ਬਈ ਨਾ ਕਹਿ ਨਹੀਂ ਦਿੰਦੇ ਵੀ ਇਹ ਵੀ ਆਮ ਜਿਹਾ ਬੰਦਾ ਬਹਿ ਗਿਆ ਇਹਨਾਂ ਨੂੰ ਪਤਾ ਹੀ ਕੁਛ ਨਹੀਂ ਹਾਂ ਸਾਨੂੰ ਪਤਾ ਨਹੀਂ ਸਾਨੂੰ ਬੇਈਮਾਨੀ ਦਾ ਨਹੀਂ ਪਤਾ ਸਾਨੂੰ ਜਿਵੇਂ ਇਹਨਾਂ ਨੇ ਕਾਰੋਬਾਰ ਖੜ੍ਹੇ ਕੀਤੇ ਨੇ ਸਾਨੂੰ ਉਹਨਾਂ ਗੱਲਾਂ ਦਾ ਨਹੀਂ ਪਤਾ ਸਾਨੂੰ ਇਹ ਨਹੀਂ ਪਤਾ ਹੈਗਾ ਕਿ ਕਰਪਸ਼ਨ ਕਿੱਦਾਂ ਕਰਨੀ ਆ ਸਾਨੂੰ ਇਹ ਨਹੀਂ ਪਤਾ ਕਿ ਲੋਕਾਂ ਦੇ ਗਲ ਗੂਠਾ ਦੇ ਕੇ ਅੱਜ ਤੁਸੀਂ ਅਮੀਰ ਕਿੱਦਾਂ ਹੋਗੇ ਸਾਨੂੰ ਇਹ ਨਹੀਂ ਪਤਾ ਹੈਗਾ ਕਿ ਜਿਹੜੀ ਪੋਲੀਟਿਕਸ ਆ ਤੁਸੀਂ ਸੌਹਾਂ ਖਾ ਕੇ ਮਹਾਰਾਜ ਗੁਰਦਾਸਾਂ ਕਰਕੇ ਵਧੀਆ ਤਰੀਕੇ ਨਾਲ ਲਈ ਹੋਵੇ ਲੋਕਾਂ ਦਾ ਉੱਥੋਂ ਲੋਕਾਂ ਨੂੰ ਖਾਣਾ ਕਿੱਦਾਂ ਸਾਨੂੰ ਇੱਕੋ ਗੱਲ ਪਤਾ ਕਿ ਅਸੀਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਹੇਠ ਇਮਾਨਦਾਰੀ ਦੇ ਨਾਲ ਕੰਮ ਕਰਨਾ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਤੁਸੀਂ ਦੇਖਿਆ ਹੋਗਾ ਪਿੱਛੇ ਜੇ ਕਹਿੰਦੇ ਨਹੀਂ ਇੱਕ ਲੀਡਰ ਨੇ ਕਿਹਾ ਕਹਿੰਦਾ ਯਾਰ ਸਾਨੂੰ ਤਾਂ ਸ਼ਰਮ ਆਉਂਦੀ ਉਹਨਾਂ ਸਾਹਮਣੇ ਬੈਠਦਿਆਂ ਨੂੰ ਵੀ ਮੈਂ ਕਹਿ ਵੀ ਚਲੋ ਭਾਈ ਸ਼ਰਮ ਨਾ ਕਰੋ ਅਗਲੀ ਵਾਰੀ ਤੁਹਾਨੂੰ ਸਾਹਮਣੇ ਵੀ ਨਹੀਂ ਬਿਠਾਵਾਂਗੇ ਲੋਕਾਂ ਨੇ ਬਾਹਰ ਹੀ ਤੋਰ ਦੇਣੇ ਨੇ ਮੈਨੂੰ ਆਹ ਫਿਰ ਸ਼ਰਮ ਕਰਨ ਦੀ ਕੀ ਲੋੜ ਹੈ ਭਾਈ ਤੁਹਾਨੂੰ ਤੋਰ ਹੀ ਦੇਣਾ ਹੁਣ ਤੁਸੀਂ ਦੇਖੋ ਇਹਨਾਂ ਨੂੰ ਇਹ ਮੈਨੂੰ ਬਹੁਤ ਲੋਕ ਆਉਂਦੇ ਨੇ ਮਿਲਦੇ ਨੇ ਜਦੋਂ ਉਹ ਕਹਿੰਦੇ ਵੀ ਪਹਿਲੀ ਵਾਰ ਅਸੀਂ MLA ਸਾਨੂੰ ਇੱਦਾਂ ਮਿਲੇ ਸਾਨੂੰ ਲੱਗਦਾ ਹੀ ਨਹੀਂ ਗਾ ਵੀ ਤੁਸੀਂ ਅਸੀਂ MLA ਕੋਲ ਇਹ ਤਾਂ ਮਿਲਦੇ ਹੀ ਨਹੀਂ ਸੀ ਪਾੜਾ ਬਹੁਤ ਵੱਡਾ ਹੋ ਗਿਆ ਸੀ ਰੱਬ ਬਣੇ ਬੈਠੇ ਸੀ ਉਹ ਫਿਰ ਕਹਿੰਦੇ ਸੀ ਕਿ ਮਤਲਬ ਇਹਨੂੰ ਗੈਪ ਨੂੰ ਬਣਾ ਕੇ ਰੱਖੋ ਇਹ ਇੱਦਾਂ ਕਹਿੰਦੇ ਸੀ ਗੈਪ ਬਣਿਆ ਰਹੇ ਲੋਕਾਂ 'ਚ ਥੋੜ੍ਹਾ ਪ੍ਰਭਾਵ ਜਿਹਾ ਬਣਿਆ ਰਹੇ ਅਸੀਂ ਕਹਿੰਦੇ ਯਾਰ ਕਾਹਦੇ ਲਈ ਪਹਿਲਾਂ ਤਾਂ ਮੈਂ ਇਹਦੇ ਘਰੇ ਮਿੰਨਤਾਂ ਕਰਦਾ ਸੀਗਾ ਵੋਟ ਪਾਓ ਮੈਂ ਚੁੱਲ੍ਹੇ 'ਤੇ ਮਾਤਾ ਕੋਲ ਬੈਠਦਾ ਮੈਂ ਉੱਥੇ ਜਾਂਦਾ ਮੈਂ ਹੁਣ ਮੈਨੂੰ ਕਿਉਂ ਇਹਦੇ ਤੋਂ ਹੋਊ ਕਿ ਮੈਂ ਕਿਉਂ ਨਾ ਹੋਊ ਤੁਸੀਂ ਨਾਲ ਬੈਠੇ ਸੋ ਇਹ ਜਿਹੜਾ ਤੁਸੀਂ ਗੱਲ ਕਰਦੇ ਸੀ ਨਾ ਵੀ ਇਹਨਾਂ ਨੂੰ ਲੱਗਦਾ ਸੀਗਾ ਵੀ ਇਹ ਕੌਣ ਲੱਗ ਕਿੱਦਾਂ ਦਾ ਮਟੀਰੀਅਲ ਆ ਗਿਆ ਇਹ ਸਾਰੇ ਕੈਮਰੇ 'ਚ ਹੀ ਬੋਲਦੇ ਨੇ ਪਿੱਛੇ ਅੰਦਰ ਆ ਕੇ ਕੀ ਕਰਦੇ ਨੇ ਮੈਨੂੰ ਸਾਰਾ ਪਤਾ ਜਾ ਕੇ ਮਿੰਨਤਾਂ ਹੀ ਕਰਦੇ ਨੇ ਸਰਕਾਰਾਂ ਦੀਆਂ ਇਹ ਹੋਰ ਇਹਨਾਂ ਕੋਲ ਪੱਲੇ ਪੁੱਲੇ ਕੱਖ ਨਹੀਂ ਗਾ ਮੈਨੂੰ ਮੈਂ ਬੋਲਣਾ ਨਹੀਂ ਚਾਹੁੰਦਾ ਠੀਕ ਹੈ ਜੀ ਫਿਰ ਕਹਿੰਦੇ ਆ ਦੇਖਿਓ ਜੀ ਮਤਲਬ ਇਹ ਮੈਨੂੰ ਇਹ ਇਹਨਾਂ ਦੀ ਹੁਣ ਫਸ ਕਿੱਥੇ ਗਏ ਪਹਿਲਾਂ ਅਕਾਲੀ ਦਲ ਦੀ ਗਵਰਨਮੈਂਟ ਆਈ ਕਾਂਗਰਸੀ ਨੇ ਜਾ ਕੇ ਹੱਥ ਮਿਲਾ ਲਿਆ ਕਾਂਗਰਸ ਦੀ ਗਵਰਨਮੈਂਟ ਆਈ ਅਕਾਲੀਆਂ ਨੇ ਜਾ ਕੇ ਹੱਥ ਮਿਲਾ ਲਿਆ ਰਲ ਮਿਲ ਕੇ ਹੁਣ ਪੰਗਾ ਕੀ ਹੋ ਗਿਆ ਜਾਂ ਤੀਜਾ ਫਰੰਟ ਆ ਗਿਆ ਅਸੀਂ ਕਹਿੰਦੇ ਨਾ ਨਵੇਂ ਬੰਦੇ ਲੈ ਕੇ ਆਓ ਜਿਹੜੇ ਹੈਗੇ ਨੇ ਇਹਨਾਂ ਨੇ ਪਹਿਲਾਂ ਹੀ ਬਹੁਤ ਹੁਣ ਸਾਡੇ ਵੀ ਲੋਕ ਤੰਗ ਨੇ ਇਸ ਗੱਲ 'ਤੇ ਮੇਰੇ ਹਲਕੇ 'ਚ ਵੀ ਬਹੁਤ ਲੋਕਾਂ ਨੂੰ ਹੋਊਗਾ ਕਿ ਯਾਰ ਮੈਂ ਕਹਿੰਦਾ ਨਾ ਤੁਸੀਂ ਸਮਾਂ ਲੰਘ ਗਿਆ ਤੁਹਾਨੂੰ ਲੋਕਾਂ ਨੇ 20 ਸਾਲ 25 ਸਾਲ ਪਿੰਡ ਦੇ ਜਾਂ ਇਲਾਕੇ ਦੇ ਲੀਡਰ ਬਣਾ ਕੇ ਰੱਖਿਆ ਪਰ ਤੁਸੀਂ ਨਹੀਂ ਕੁਛ ਕੀਤਾ ਤੁਸੀਂ ਆਮ ਬੰਦਾ ਵੀ ਅੱਗੇ ਨਹੀਂ ਆਉਣ ਦਿੱਤਾ ਹੈਗਾ ਸੋ ਅਸੀਂ ਕਹਿੰਦੇ ਹਾਂ ਆਮ ਬੰਦੇ ਅੱਗੇ ਆਉਣ ਪੰਜਾਬ ਲਈ ਵਿਜ਼ਨ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਪੰਜਾਬ ਦਾ ਪੰਜਾਬ ਜਿਹੜਾ CM ਸਾਹਿਬ ਦਾ ਵਿਜ਼ਨ ਹੈਗਾ ਰੰਗਲਾ ਪੰਜਾਬ ਦਾ ਮੈਂ ਤੁਹਾਨੂੰ ਇਸ ਗੱਲ ਦਾ ਵਾਅਦਾ ਕਰਦਾ ਹਜੇ ਆਪਾਂ ਨੂੰ 2.5 ਸਾਲ ਦੇ ਕਰੀਬ ਸਮਾਂ ਆਇਆ ਇਸੇ 5 ਸਾਲ ਦੇ ਵਿੱਚ ਵਿੱਚ ਮੈਂ ਇਸੇ ਟਰਮ 'ਚ ਤੁਹਾਨੂੰ ਦਿਖਾ ਦਊਂਗਾ ਇਹ ਗੱਲ ਦੇ ਆਪਾਂ ਬੈਠਾਂਗੇ ਫਿਰ ਇਸ ਗੱਲ 'ਤੇ ਤੁਸੀਂ ਖੁਦ ਕਹੋਗੇ ਕਿ ਪੰਜਾਬ ਜਿਹੜਾ ਉਹ ਚੇਂਜ ਕਿਉਂਕਿ ਪੰਜਾਬ ਦੇ ਵਿੱਚ ਨੌਜਵਾਨ ਤੁਸੀਂ ਵੀ ਜ਼ਿਕਰ ਕੀਤਾ ਕਿ ਨੌਜਵਾਨ +2 ਕਰਕੇ ਬਾਹਰ ਜਾ ਰਹੇ ਜਿਹੜੇ ਇੱਥੇ ਰਹਿ ਰਹੇ ਨਸ਼ੇ ਦੀ ਇੰਨੀ ਜ਼ਿਆਦਾ ਪ੍ਰੋਬਲਮ ਹੋਈ ਪਈ ਹੈ ਵੀ ਕੋਈ ਹਿਸਾਬ ਨਹੀਂ ਹੈਗਾ ਰੁਜ਼ਗਾਰ ਨੂੰ ਲੈ ਕੇ ਵੀ ਹਲੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਉਸ ਤਰੀਕੇ ਦਾ ਭਰੋਸਾ ਨਹੀਂ ਹੈਗਾ ਕਿ ਪੰਜਾਬ 'ਚ ਰਵਾਂਗੇ ਤਾਂ ਰੁਜ਼ਗਾਰ ਸਾਡਾ ਘਰ ਦਾ ਗੁਜ਼ਾਰਾ ਚੱਲੂਗਾ ਤੁਸੀਂ ਵੀ ਇਸ ਪੂਰੀ ਚੀਜ਼ ਨਾਲ ਵਾਵਸਥਾ ਹੈਗੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਸ਼ੰਕੇ ਨੇ ਉਹ ਇਹਨਾਂ 'ਚੋਂ ਲੱਗਦਾ ਕਿ ਇਹਨਾਂ 5 ਸਾਲਾਂ ਦੇ ਵਿੱਚ ਨਿਕਲਿਆ ਜਾ ਸਕਦਾ ਬਿਲਕੁਲ ਜੀ ਤੁਸੀਂ ਦੇਖੋ ਅਸੀਂ 36,000+ ਨੌਕਰੀਆਂ ਜਿਹੜੀਆਂ ਦੇ ਚੁੱਕੇ
ਇਹ ਤੁਹਾਨੂੰ ਪਤਾ ਹੀ ਹੈ 36,000 ਦੇ ਕਰੀਬ ਨੌਕਰੀਆਂ ਦੇ ਚੁੱਕਾ, ਚਾਹੇ ਉਹ ਕੱਚਿਆਂ ਤੋਂ ਪੱਕੇ ਕੀਤੇ, ਚਾਹੇ ਹੁਣ ਮੈਂ ਇੱਕ ਭੈਣ ਨੂੰ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਇੱਕ ਸਿਸਟਰ ਭੈਣ ਸੀ ਸਾਡੇ, ਉਹਨਾਂ ਨੂੰ ਮੈਂ ਮਿਲਿਆ, ਮੈਂ ਕਿਹਾ ਜੀ ਸਕੂਲ 'ਚ ਗਿਆ ਸੀ, ਮੈਂ ਕਿਹਾ ਜੀ ਕਿੰਨੀ ਤੁਹਾਨੂੰ ਸੈਲਰੀ, ਕਹਿੰਦੇ 6,000, ਮੈਨੂੰ ਬੜਾ ਮਾਣ ਹੋਇਆ। ਮੈਂ ਉੱਦਾਂ ਹੀ ਉਹਨੂੰ ਕਿਹਾ, ਮੈਂ ਕੋਈ ਨਹੀਂ ਮਹਾਰਾਜ, ਤੁਸੀਂ ਅਰਦਾਸ ਕਰੋ, ਸਾਰਾ ਸਹੀ ਹੋਊਗਾ, ਸੀ ਐਮ ਸਾਹਿਬ ਲੱਗੇ ਹੋਏ ਨੇ, ਹੁਣ ਉਹਦੀ 18,000 ਤਨਖਾਹ ਹੋ। ਯਾਰ ਇਹਨੂੰ ਤੁਸੀਂ ਕੀ ਕਹੋਗੇ, ਇਹ ਰੁਕਣਾ ਹੀ ਹੈ ਨਾ। ਹੁਣ ਅਸੀਂ ਆਂਗਣਵਾੜੀ ਵਰਕਰ ਰੱਖੇ ਨੇ, ਇੱਕ ਵੀ ਕਹਿ ਦੋ ਕਿਸੇ ਦੀ ਸਿਫਾਰਿਸ਼ ਲੱਗੀ, ਉਹ ਮੇਰੇ ਕੋਲ ਕੱਲ੍ਹ ਜਿਹੜੀ ਭੈਣ ਦੇ ਰੱਖੜੀ ਬੰਨੀ ਸੀਗੀ ਸੀ ਐਮ ਸਾਹਿਬ ਨੇ, ਉਹ ਮੇਰੇ ਹਲਕੇ ਤੋਂ ਨੇ, ਉਹ ਕੱਲ੍ਹ ਪਰਸੋਂ ਮੈਨੂੰ ਆ ਕੇ ਮਿਠਾਈ ਦਾ ਡੱਬਾ ਦੇ ਕੇ ਗਏ, ਕਹਿੰਦੇ ਵੀਰ ਜੀ ਮੈਂ ਸੋਚਿਆ ਨਹੀਂ ਸੀ ਵੀ ਐਡੇ ਲੈਵਲ 'ਚ ਵੀ ਕੰਮ ਹੋ ਜੂਗਾ, ਵੀ ਸੀ ਐਮ ਸਾਹਿਬ ਮੈਨੂੰ ਮੇਰੇ ਤੋਂ ਰੱਖੜੀ ਬਣਾਉਣਗੇ, ਅਤੇ ਮੈਂ ਕਦੇ ਸੋਚਿਆ ਨਹੀਂ ਸੀ ਜ਼ਿੰਦਗੀ ਦੇ ਵਿੱਚ। ਮੈਂ ਸਗੋਂ ਉਹਦਾ ਹਸਬੈਂਡ ਮੇਰੇ ਦੋਸਤ ਨੇ, ਮੈਂ ਕਿਹਾ ਬਾਈ ਜੀ, ਕਹਿੰਦੇ ਹਾਂ, ਮੈਂ ਕਿਹਾ ਭੈਣ ਜੀ ਨੂੰ ਤਾਂ ਪੂਰੇ ਵਰਲਡ 'ਚ ਲੋਕ ਜਾਣ ਲੱਗ ਗਏ, ਤੁਹਾਨੂੰ ਤਾਂ ਕੋਈ ਜਾਣਦਾ ਵੀ, ਅਸੀਂ ਮਜ਼ਾਕ ਲੈ ਕੇ, ਕਿਉਂਕਿ ਆਮ ਬੰਦੇ ਸੀ ਐਮ ਸਾਹਿਬ ਤੱਕ ਪਹੁੰਚਣਾ ਹੀ ਮੁਮਕਿਨ ਨਹੀਂ ਸੀਗਾ, ਪਰ ਹੁਣ ਸੀ ਐਮ ਸਾਹਿਬ ਆਮ ਬੰਦੇ ਤੱਕ ਨੂੰ ਕੋਲ ਆ ਪਾ ਰਹੇ ਨੇ। ਠੀਕ, ਜੱਕੀ ਰਹੀ ਸਾਡੀ ਵਿਜ਼ਨ ਦੀ ਗੱਲ, ਬਾਹਰਲਾ ਬ੍ਰੇਨ ਡਰੇਨ ਹੋ ਰਿਹਾ ਜਿਹੜਾ, ਉਹਨੂੰ ਰੋਕਿਆ ਗਿਆ। ਪਹਿਲਾਂ ਨਾਲੋਂ ਦੇਖੋ ਫਰਕ ਪਿਆ, ਅੱਜ ਤੁਸੀਂ ਜਾਓਗੇ ਸਕੂਲਾਂ ਦੇ ਵਿੱਚ, ਲੋਕ ਸਕੂਲਾਂ ਦੇ ਰਿਜ਼ਲਟ ਵਧੀਆ ਹੋ ਰਹੇ ਨੇ, ਸਕੂਲ ਜਿਹੜੇ ਨੇ ਵਧੀਆ ਆਪਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਸਕੂਲ ਆਫ ਐਮੀਨਾ ਸਕੂਲਾਂਗੇ, ਅਤੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨ ਦੇ ਲਈ ਅਸੀਂ ਗਰਾਊਂਡਸ ਦਾ ਲੈ ਲਿਆ। ਖੇਡਾਂ ਮਤਲਬ ਪੰਜਾਬ ਦੀਆਂ ਦੇਖੋ ਕਿੱਡਾ ਵੱਡਾ ਉਪਰਾਲਾ, ਕਿੱਡਾ ਵੱਡਾ ਉਪਰਾਲਾ ਖੇਡਾਂ ਮਤਲਬ, ਕਿੰਨੇ ਬੱਚੇ ਖੇਡਾਂ ਮਤਲਬ ਪੰਜਾਬ ਦੀਆਂ ਖੇਡਦੇ ਨੇ। ਅਸੀਂ, ਮੈਂ ਆਪਣੇ ਹਲਕੇ ਦੇ ਵਿੱਚ 50 ਦੇ ਪਲੱਸ ਗਰਾਊਂਡ ਸਟਾਰਟ ਕੀਤੇ ਹੋਏ ਨੇ, ਮੈਂ 5 ਸਾਲ 'ਚ 100+ ਗਰਾਊਂਡ ਬਣਾਉਣਾ। ਹੁਣ ਉਹ ਗਰਾਊਂਡ 'ਚ ਲੋਕ ਜਾਣਗੇ, ਖੇਡਣਗੇ, ਖੇਡ ਕੇ ਮਾੜੇ ਕੰਮਾਂ ਤੋਂ ਬਚਣਗੇ ਜਾਂ ਕੋਈ ਨਾ ਕੋਈ ਜੋਬ ਲੈਣਗੇ। ਸੋ ਅਸੀਂ UPSC ਦੇ ਲਈ 8-9 ਸੈਂਟਰ ਖੋਲ੍ਹ ਰਹੇ ਹਾਂ, UPSC ਦੀ ਤਿਆਰੀ ਕਰਵਾਉਣ ਲਈ ਸੀ ਐਮ ਸਾਹਿਬ ਨੇ ਅਨਾਊਂਸ ਵੀ ਕੀਤਾ ਹੈਗਾ। ਸੋ ਇਹਨੂੰ ਸਮਾਂ ਲੱਗੂਗਾ, ਵਿਜ਼ਨ ਤੁਹਾਨੂੰ ਦੇਖਣ ਲੱਗ ਜਾਊਗਾ, ਦਿਸੂਗਾ ਤੁਹਾਨੂੰ ਕੰਮ ਕੀਤਾ ਕਿ ਹਾਂ ਕੰਮ ਹੋ ਰਿਹਾ ਹੈਗਾ। ਸੋ ਲੋਕ ਦੁਖੀ ਕਿਉਂ ਸੀਗੇ, ਲੋਕ ਦੁਖੀ ਇਸ ਕਰਕੇ ਸੀਗੇ ਕਿ ਕੰਮ ਕਰਾਉਣ ਦੇ ਲਈ ਹਰ ਕੰਮ ਦੀ ਕਰਪਸ਼ਨ ਚੱਲਦੀ ਸੀ, ਸਿਸਟਮ ਕਰਪਟ ਹੋਇਆ ਪਿਆ ਸੀਗਾ, ਸਿਫਾਰਿਸ਼ ਚੱਲਦੀ ਸੀ। ਅੱਜ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਮੈਂ ਕਦੇ ਵੀ ਜੇ ਮੈਨੂੰ ਕੋਈ ਰਿਕਮੈਂਡੇਸ਼ਨ ਵੀ ਕਰਾਉਣ ਆਇਆ, ਮੈਂ ਕਹਿੰਦਾ ਠੀਕ ਆ, ਇਹ ਨਹੀਂ ਹੋਊਗਾ ਮੇਰੇ ਕੋਲ, ਹੁਣ ਇਹਦੇ ਲਈ ਆਏ ਅੰਗਰਮਾ, ਮੈਂ ਕਿਹਾ ਨਾ ਜਿਹਦੀ ਮੈਰਿਟ ਹੋਊਗੀ ਦੇਖੋ, ਨਹੀਂ ਜੀ ਫਿਰ ਐਂ, ਮੈਂ ਕਿਹਾ ਜੀ ਸਿਫਾਰਿਸ਼ ਹੁੰਦੀ ਤਾਂ ਮੇਰੀ, ਮੈਨੂੰ ਉਹਨਾਂ ਨੇ ਟਿਕਟ ਮਿਲਦੀ, ਮੇਰੀ ਕਿਹੜਾ ਕੋਈ ਸਿਫਾਰਿਸ਼ ਸੀ, ਸਿਫਾਰਿਸ਼ ਤਾਂ ਮੇਰੀ ਵੀ ਨਹੀਂ ਸੀ ਕੋਈ ਜ਼ਿੰਦਗੀ 'ਚ, ਮੈਨੂੰ ਅਰਵਿੰਦ ਜੀ ਨੇ ਟਿਕਟ ਦਿੱਤੀ ਆ, ਮਾਨ ਸਾਹਿਬ ਨੇ ਟਿਕਟ ਦਿੱਤੀ। ਮੈਂ ਕਿਹਾ ਮੈਂ ਚਾਹੁੰਦਾ ਵੀ ਬਿਨਾਂ ਸਿਫਾਰਿਸ਼ ਤੋਂ ਬੰਦੇ ਅੱਗੇ ਆਉਣ, ਬਿਨਾਂ ਉਹ ਤੋਂ ਗਿਆ। ਮੈਂ ਤੁਹਾਨੂੰ ਇਸ ਗੱਲ ਦਾ ਵਾਅਦਾ ਕਰਦਾ, ਵਾਅਦਾ ਠੀਕ ਆ, ਕਿ ਅਸੀਂ 5 ਸਾਲ ਦੇ ਵਿੱਚ ਸਿਸਟਮ ਨੂੰ ਸਹੀ ਕਰ ਦਾਂਗੇ। ਵਿਜ਼ਨ ਜਿਹੜਾ ਸਾਡਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਵਿਜ਼ਨ ਹੈਗਾ, ਨਸ਼ੇ ਤੋਂ ਮੁਕਤ ਕਰਨ ਦਾ ਜਿਹੜਾ ਸਾਡਾ ਸਿਸਟਮ ਹੈਗਾ, ਇਹਨੂੰ ਅਸੀਂ ਸਹੀ ਪਾਸ ਕਹਾਂ। ਕਰਪਸ਼ਨ ਜਿਹੜੀ ਆ ਉਹਨੂੰ ਪਹਿਲਾਂ ਨਾਲੋਂ ਦੇਖੋ ਠੱਲ ਪਈ ਹੈ, ਇਹ ਮੰਨਣਾ ਪਊਗਾ ਤੁਹਾਨੂੰ। ਇਹ ਪਹਿਲਾਂ ਬਹੁਤ ਕਰਪਸ਼ਨ ਹੁੰਦੀ ਸੀਗੀ, ਉਹ ਮੇਰੇ ਕੋਲ ਆਉਂਦੇ ਨੇ ਲੋਕ, ਹੁਣ ਆਫਿਸਰ ਆਪਣੇ ਟਾਈਮ 'ਤੇ ਬੈਠਦੇ ਨੇ, ਸਾਰਾ ਕੁਛ ਆਪਣੇ। ਹੁਣ ਤੁਸੀਂ ਦੇਖਿਆ ਹੋਊਗਾ ਇੱਕ ਮਸਲਾ ਜਿਹਾ ਉਲਝਿਆ ਸੀਗਾ ਜਿਹੜਾ ਪਰਿਵਾਰੀਆਂ ਵਾਲਾ, ਕੱਲ੍ਹ ਪਰਸੋਂ ਪਤਾ ਲੱਗਿਆ ਪਰਿਵਾਰੀ ਦੀ ਜਾਇਦਾਦ ਬਾਰੇ ਪਤਾ ਲੱਗ ਗਿਆ ਉਹਨਾਂ ਤੁਹਾਨੂੰ, ਉਹ 55 ਕਿੱਲੇ ਜ਼ਮੀਨ ਖਰੀਦ ਲਈ ਹੈਗੀ ਉਹਨੇ। ਮਤਲਬ ਯਾਰ ਤੁਸੀਂ ਖਰੀਦੋਗੇ 21 ਸਾਲ ਦੇ ਵਿੱਚ? ਮਤਲਬ ਅਸੀਂ ਸਿਸਟਮ ਅਸੀਂ ਕਹੀ ਜਾਂਦੇ ਹਾਂ, ਸਰਕਾਰ ਹੁਣ ਸਬੂਤ ਵੀ ਪੇਸ਼ ਕਰ ਰਹੇ, ਕਹਿੰਦੇ ਪਰਿਵਾਰਾਂ ਦੀ ਸਾਂਝੀ ਜ਼ਮੀਨ ਆ, ਸਾਰਾ ਕੁਛ ਇਕੱਠੇ ਜੋੜਤਾ ਉਹਨਾਂ। ਮੈਂ ਕਿਹਾ ਜੀ ਸਾਰਾ ਕੁਛ ਪੇਸ਼ ਕਰਨਾ, ਜੋ ਕਰਨਾ, ਮੈਂ ਨਹੀਂ ਕਿਸੇ ਨੂੰ ਮਾੜਾ ਚੰਗਾ ਕਹਿੰਦਾ, ਉਹਨਾਂ ਦੀ ਆਪਣੀ ਹੈਗੀ ਆ, ਉਹਨਾਂ ਨੇ ਪੇਸ਼ ਕਰਨਾ ਹੈਗਾ, ਉਹਨਾਂ ਨੇ ਕਰਨਾ, ਉਹਨਾਂ ਦੀ ਸਰਦਾਰਤੀ ਹੈਗੀ ਆ। ਪਰ ਮੈਂ ਤੁਹਾਨੂੰ ਇਹ ਦੱਸਦਾ, ਤੁਸੀਂ ਇਸ ਗੱਲ ਨਾਲ ਤਾਂ ਐਗਰੀ ਹੋਣਾ ਮੇਰੀ ਨਾਲ, ਸਾਰਾ ਪੰਜਾਬ ਦੇਸ਼ ਐਗਰੀ ਹੋਊਗਾ ਕਿ ਇੱਕ ਲੌਬੀ ਜਿਹੜੀ ਬੈਠੀ ਆ, ਜਿਹਨਾਂ ਨੂੰ ਆਦਤ ਪਈ ਹੋਈ ਸੀ ਕਮਾਉਣ ਦੀ, ਦੇਖੋ ਉਹਨਾਂ ਨੂੰ ਪਹਿਲਾਂ ਨਾਲੋਂ ਠੱਲ ਪਈ ਆ, ਅਤੇ ਤੰਗ ਵੀ। ਬਹੁਤ ਸਾਰੇ IAS ਅਫਸਰ ਵੀ ਤੰਗ ਨੇ, ਕਹਿੰਦੇ ਕਿ ਆਪਣੀ ਮਰਜ਼ੀ ਨਾਲ ਚੱਲ ਰਹੇ ਨੇ, ਬਹੁਤ ਸਾਰੀਆਂ ਚੀਜ਼ਾਂ ਇਸ ਵੇਲੇ ਇੱਦਾਂ ਦੀਆਂ ਹੋ ਰਹੀਆਂ। ਵੈਸੇ ਇਹ ਵੀ ਕਹਿੰਦੇ ਕਿ ਇੱਦਾਂ ਦੀ ਵੀ ਕੋਈ ਕਮੇਟੀ ਬਿਠਾ ਲੈਣੀ ਚਾਹੀਦੀ, ਜਿਹੜਾ ਇਹ ਵੀ ਆਡਿਟ ਕਰਾ ਲਵੇ ਵੀ IAS ਅਫਸਰਾਂ ਕਿੰਨੀ ਕੁ ਵਧੀ ਆ ਜ਼ਮੀਨ, ਕਿੰਨਾ ਕੁ ਪੈਸਾ ਉਹਨਾਂ ਤੋਂ ਆਇਆ, ਕਿੰਨੀ ਕੁ ਕਮਾਈ ਕਰ ਗਏ ਉਹ। CM ਸਾਹਿਬ ਜਿਹੜੇ ਨੇ ਉਹ ਇਹ ਸਾਰੀ ਚੀਜ਼ਾਂ 'ਤੇ ਲੱਗੇ ਹੋਏ ਨੇ, ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਵਾਉਂਦਾ। ਮੈਂ ਨਾ ਕਾਫੀ ਲੰਬੇ ਸਮੇਂ ਤੋਂ ਮੈਂ CM ਸਾਹਿਬ ਨਾਲ ਕੰਮ ਕਰ ਰਿਹਾ, ਅਤੇ ਉਹ ਮੈਂ ਉਹਨਾਂ ਦੇ ਵਿਜ਼ਨ ਨੂੰ ਬੜਾ ਕਲੀਅਰ ਹੈਗਾ ਮੈਨੂੰ। ਉਹ ਕਈ ਵਾਰ ਕੀ ਕਹਿੰਦੇ ਨੇ, ਉਹ ਛੋਟੀ ਤੋਂ ਛੋਟੀ ਗੱਲ ਵੀ ਸੋਚਦੇ ਨੇ, ਉਹ ਛੋਟੇ ਤੋਂ ਛੋਟੇ ਇਨਸਾਨ ਲਈ ਵੀ ਸੋਚਦੇ ਨੇ। ਉਹ ਕਹਿੰਦੇ ਨੇ ਯਾਰ ਇਹ ਬੰਦਾ ਆਪਣਾ ਜੀਵਨ ਕਿਵੇਂ ਚਲਾਊਗਾ। ਦੇਖੋ ਜਿਹੜੇ ਬੰਦੇ ਇੱਦਾਂ ਦੀ ਗੱਲ ਸੋਚਦੇ ਨੇ ਉਹ ਬੰਦੇ ਹਮੇਸ਼ਾ ਕਾਮਯਾਬ ਹੁੰਦੇ। ਕਹਿੰਦੇ ਇਹ ਬੰਦੇ ਲਈ ਵੀ ਆਪਾਂ ਸੋਚਣਾ, ਇਹਦੀ ਰੋਟੀ ਦਾ ਵੀ ਆਪਾਂ ਧਿਆਨ ਰੱਖਣਾ। ਸੋ ਉਹਨਾਂ ਨੂੰ ਸਾਰਾ ਪਤਾ ਹੈਗਾ ਇਸ ਗੱਲ ਦਾ, ਜਿਵੇਂ ਕਹਿ ਦਿੰਦੇ ਨਾ ਮੇਰੀ ਆਵਾਜ਼ ਆ ਕਿ ਵਾਕਈ ਦੱਸਦੇ ਨਹੀਂ, ਬਸ ਮੈਨੂੰ ਇਹ ਪਤਾ ਵੀ ਜਿੱਦਣ ਉਹਨਾਂ ਨੇ ਕਰਨਾ ਹੈ ਉਹਨਾਂ ਨੇ ਸਾਰਾ ਕੁਛ ਕੱਢ ਕੇ ਲਿਆ ਕੇ ਰੱਖ ਦੇਣਾ। ਹੌਲੀ ਹੌਲੀ ਸਮਾਂ ਲੱਗਦਾ ਕਿਉਂਕਿ ਜੇ ਇੱਕ ਲਖਤ ਕਰਦੇ ਹਾਂ ਤਾਂ ਸਾਰਾ ਸਿਸਟਮ ਹਿੱਲ ਜਾਂਦਾ। ਬਹੁਤ ਸ਼ੁਕਰੀਆ, ਮੈਨੂੰ ਲੱਗਦਾ ਕਿ ਸਮਾਂ ਤੁਹਾਡੇ ਤੋਂ ਵੀ ਉਨਾ ਸੀਗਾ, ਸਾਡੇ ਤੋਂ ਤਾਂ ਹਲੇ ਸਮਾਂ ਹੈਗਾ ਆ, ਬਟ ਮੈਨੂੰ ਲੱਗਦਾ ਕਿ ਤੁਹਾਡੀਆਂ ਅੱਗੇ ਮੀਟਿੰਗਾਂ ਨੇ, ਤੁਸੀਂ ਉੱਥੇ ਵੀ ਜਾਣਾ ਹੈਗਾ, ਅਤੇ ਆਪਾਂ ਇੱਥੇ ਹੀ ਇਸ ਇੰਟਰਵਿਊ ਨੂੰ ਸਮਾਪਤ ਕਰਦੇ ਹਾਂ, ਤਾਂ ਫਿਰ ਕਦੇ ਬੈਠਾਂਗੇ। ਬਹੁਤ ਸਾਰੀਆਂ ਗੱਲਾਂ ਹਲੇ ਰਹਿ ਗਈਆਂ, ਲੱਗਦਾ ਉਹ ਵੀ ਚਰਚਾ ਉਹਨਾਂ 'ਤੇ ਵੀ ਕਰਾਂਗੇ। ਬਹੁਤ ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ।
कि पंजाब जिहड़ा उन्हूं रंगला पंजाब माणयोग मुख्यमंत्री भगवंत सिंह मान साहब की अगुवाई असीं बनावांगे। असीं सारी टीम डट के खड़े हाँ, अरविंद केजरीवाल जी के नाल खड़े हाँ, भगवंत सिंह मान साहब के नाल खड़े हाँ, तो पंजाब के लोगों के नाल खड़े। बहुत शुक्रिया। सो इस सन रुपिंदर सिंह आम तौर पर जिवें इन्होंने दस्या कि हल्के के लोग तो हैप्पी कहिंदे आ, बहुत सारिया गल्लां इन्हां दी जिंदगी नाल मैनूं लगदा कि पहली बार कैमरे ते तुसीं सुनिया होणगियां। तुसीं इस बारे की सोचते हो, अपने कमेंट अपनी टिप्पणियां जरूर साडे नाल सांझे करो, ते पंजाब बारे तुहाडा की ख्याल हैगा कि पंजाब कदों तक रंगला पंजाब बण जूगा। तुसीं अपने कमेंट टिप्पणियां जरूर सांझे करो, तुहाडे तों अगला नहीं है। बहुत बहुत धन्यवाद।